ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਆਪ ਸਭ ਦਾ ਕਰਦਾ ਹਾਂ ਹਾਰਦਿਕ ਸਵਾਗਤ। ਵਿਜ਼ਨ ਟੀਵੀ ਉੱਤੇ ਤੁਹਾਡਾ ਮੇਰਾ ਸਾਥ ਹੁੰਦਾ ਹਰ ਸ਼ਨੀਚਰਵਾਰ ਨੂੰ ਪੂਰੇ ਕੈਨੇਡਾ ਵਿੱਚ, ਵੈਸੇ ਹਰ ਰੋਜ਼ ਜੋਏ ਟੀਵੀ ਦੇ ਉੱਤੇ ਸਾਂਝ ਪਾਈ ਜਾਂਦੀ ਹੈ ਸਵੇਰੇ 8 ਤੋਂ ਲੈ ਕੇ 9 ਵਜੇ ਤੱਕ, ਮੰਡੇ ਟੂ ਫਰਾਈਡੇ, ਅਤੇ ਮੰਡੇ ਟੂ ਥਰਸਡੇ ਰਾਤ ਨੂੰ 10 ਤੋਂ ਲੈ ਕੇ 11 ਵਜੇ ਤੱਕ, ਅਤੇ ਸੈਟਰਡੇ ਨੂੰ 8 ਤੋਂ ਲੈ ਕੇ 9 ਵਜੇ ਤੱਕ ਸਾਂਝ ਪਾਉਂਦੇ ਹਾਂ। ਵਿਜ਼ਨ ਟੀਵੀ ਦੇ ਉੱਤੇ ਸਾਡਾ ਇਹ ਮਕਸਦ ਹੈ ਕਿ ਬਿਲਡਿੰਗ ਬ੍ਰਿਜਸ ਥਰੂ ਡਾਇਲੋਗ, ਯਾਨੀ ਕਿ ਵਿਚਾਰਾਂ ਰਾਹੀਂ ਅਸੀਂ ਇੱਕ ਦੂਸਰੇ ਨਾਲ ਸਾਂਝ ਪਾ ਸਕੀਏ। ਸੋ ਇਸੇ ਕਰਕੇ ਹਰ ਹਫ਼ਤੇ ਕੋਈ ਨਾ ਕੋਈ ਐਸਾ ਮੁੱਦਾ ਲੈ ਕੇ ਆਉਂਦੇ ਹਾਂ ਜਿਸ ਬਾਰੇ ਕਾਫ਼ੀ ਚਰਚਾ ਹੋ ਰਹੀ ਹੁੰਦੀ ਹੈ। ਘਰਾਂ ਵਿੱਚ ਤਾਂ ਅਸੀਂ ਇਹ ਚਰਚਾ ਕਰ ਲੈਂਦੇ ਹਾਂ, ਲੇਕਿਨ ਛੋਟੇ ਪਰਦੇ ਉੱਤੇ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਵੱਖਰੇ ਵੱਖਰੇ ਪਰਸਪੈਕਟਿਵਸ ਨੂੰ ਲੈ ਕੇ ਆਈਏ ਤਾਂ ਕਿ ਤੁਸੀਂ ਆਪ ਫੈਸਲਾ ਕਰ ਸਕੋ ਕਿ ਕੀ ਹਕੀਕਤ ਹੈ। ਅੱਜ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ 'ਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ, ਅਤੇ ਮਸਲਾ ਹੈ ਕਿ ਕੀ ਸਿੱਖਾਂ ਨੂੰ ਮੀਟ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ। ਇਸ ਸੰਬੰਧ ਵਿੱਚ ਮੇਰੇ ਨਾਲ ਦੋ ਮਹਿਮਾਨ ਅੱਜ ਸਾਥ ਦੇਣਗੇ, ਸਰਦਾਰ ਸਤਵਿੰਦਰਪਾਲ ਸਿੰਘ ਜੰਗੀ ਅਤੇ ਉਹਨਾਂ ਦੇ ਨਾਲ ਹਨ ਸਰਦਾਰ ਰਣਜੀਤ ਸਿੰਘ। ਆਓ ਦੋਨਾਂ ਦੇ ਪਰਸਪੈਕਟਿਵਸ ਲੈਂਦੇ ਹਾਂ ਕਿ ਇਹਨਾਂ ਦੇ ਕੀ ਵਿਚਾਰ ਨੇ ਕਿ ਗੁਰਬਾਣੀ ਅਨੁਸਾਰ ਸਾਨੂੰ ਕੀ ਉਪਦੇਸ਼ ਮਿਲਦਾ ਹੈ। ਜੈਨੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਜੰਗੀ ਸਾਹਿਬ, ਤੁਹਾਡੇ ਤੋਂ ਸ਼ੁਰੂ ਕਰਦੇ ਹਾਂ ਕਿ ਕੀ ਸਾਨੂੰ ਉਪਦੇਸ਼ ਮਿਲਦਾ ਹੈਗਾ ਕਿ ਮੀਟ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ। ਹਰਪ੍ਰੀਤ ਸਿੰਘ ਜੀ, ਇਹ ਜਿਹੜਾ ਵਿਸ਼ਾ ਵਸਤੂ ਹੈ ਜੀ, ਇਹਦੇ ਬਾਰੇ ਬੜਾ ਅਸੀਂ ਪਿਛਲੇ 20-25 ਸਾਲ ਤੋਂ ਖੋਜ ਕੀਤੀ ਆ, ਔਰ ਇਸ ਖਿਆਲ ਨਾਲ ਸਹਿਮਤ ਹਾਂ ਕਿ ਜੋ ਖਾਲਸਾ ਪੰਥ ਦਾ ਫੈਸਲਾ ਹੈ ਜੀ ਮਾਸ ਖਾਣ ਬਾਰੇ ਸਿੱਖ ਜਗਤ ਵਿੱਚ, ਅਤੇ ਜੋ ਗੁਰੂ ਸਾਹਿਬਾਨ ਨੇ ਇਹਦੇ ਬਾਰੇ ਆਪਣਾ ਜਿਹੜੇ ਸੁਨਹਿਰੀ ਅਸੂਲ ਦਿੱਤੇ ਨੇ ਜੀ, ਜਿਵੇਂ ਕਿ ਜਿੱਤ ਖਾਧੇ ਤਨ ਪੀੜੀਏ ਮਨ ਮੇ ਚੱਲੇ ਵਿਕਾਰ, ਬਾਬਾ ਸੋ ਖਾਣਾ ਖੁਸ਼ੀ ਖੁਆਰ, ਇਸ ਤਰ੍ਹਾਂ ਦੇ ਸ਼ਬਦ ਨੇ ਜਿਨ੍ਹਾਂ ਦੇ ਵਿੱਚ ਸਾਰੀ ਸਿਹਤ ਜਿਹੜੀ ਆ ਸਾਨੂੰ ਉਹਨਾਂ ਨੇ ਪ੍ਰਦਾਨ ਕੀਤੀ ਆ ਜੀ। ਸੋ ਮੈਂ ਇਸ ਹਿਸਾਬ ਨਾਲ ਇਹ ਕਹਿ ਸਕਦਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ, ਗੁਰੂ ਆਸ਼ੇ ਅਨੁਸਾਰ, ਖਾਲਸਾ ਪੰਥ ਦੇ ਫੈਸਲਿਆਂ ਅਨੁਸਾਰ ਜੀ, ਅਤੇ ਜਿੰਨੇ ਸਾਡੇ ਅੱਜ ਤੱਕ ਸਕੋਲਰ ਹੋਏ ਨੇ, ਮਹਾਨ ਸਕੋਲਰ ਸਿੱਖ ਜਗਤ ਦੇ, ਭਾਈ ਕਾਨ ਸਿੰਘ ਨਾਭਾ ਜੀ, ਪ੍ਰਿੰਸੀਪਲ ਸਾਹਿਬ ਸਿੰਘ ਹੁਣੀ, ਹੋਰ ਜਿਹੜੇ ਕਿ ਰਹਿਤ ਮਰਿਆਦਾ ਜਿਹਨਾਂ ਵਿਦਵਾਨਾਂ ਨੇ ਤਿਆਰ ਕੀਤੀ ਆ, ਸਮੁੱਚੇ ਵਿਦਵਾਨ ਉਹ ਸਾਰੇ, ਅਤੇ ਉਹ ਸਾਰੇ ਇੱਕ ਮਤ ਨੇ ਇਸ 'ਤੇ ਕਿ ਸਿੱਖ ਧਰਮ ਦੇ ਵਿੱਚ ਜਿਹੜਾ ਮਾਸ ਖਾਣ ਦਾ ਹੈਗਾ ਉਹ ਮਨਾਹੀ ਨਹੀਂ ਆ। ਮੈਂ ਇੱਕ ਹਵਾਲਾ ਦੇਣਾ ਚਾਹਾਂਗਾ, ਪੁਸਤਕ ਹੈ ਬੰਦਗੀ ਨਾਮਾ, ਰਘਵੀਰ ਸਿੰਘ ਬੀਰ ਹੋਣਾ ਦੀ ਲਿਖੀ ਹੋਈ ਆ, ਔਰ ਉਹਨਾਂ ਨੇ ਘੱਟੋ ਘੱਟ 20-25 ਕਿਤਾਬਾਂ ਸਿੱਖ ਜਗਤ ਦੀ ਝੋਲੀ ਵਿੱਚ ਪਾਈਆਂ, ਅਤੇ ਇਹਦਾ ਜਿਹੜਾ ਸਿਰਲੇਖ ਹੈ ਇਸ ਆਰਟੀਕਲ ਦਾ ਬੰਦਗੀ ਨਾਮਾ ਦੇ ਵਿੱਚ, ਉਹਦਾ ਸਿਰਲੇਖ ਹੀ ਉਹਨੇ ਇਹ ਲਿਖਿਆ, ਸਿਮਰਨ ਅਭਿਆਸੀ ਦੀ ਖੁਰਾਕ। ਅੱਛਾ ਜੀ। ਅਤੇ ਫਿਰ ਉਹ ਜਿਹੜਾ ਹੈ ਉਹਦੇ ਵਿੱਚ ਉਹਨਾਂ ਨੇ, ਮੈਂ ਸਾਰਾ ਨਹੀਂ ਪੜ੍ਹਾਂਗਾ, ਸਿਰਫ ਜਿਹੜਾ ਇੱਕ ਜਿਹੜਾ ਹਾਈਲਾਈਟ ਕਰਨ ਵਾਲੀ ਗੱਲ ਆ ਜਿਹੜੀ ਉਹਨਾਂ ਦਾ ਇਹਦੇ ਵਿੱਚ ਉਹਨੇ ਮੋਰਲ ਦਿੱਤਾ ਇਸ ਲੇਖ ਦੇ ਵਿੱਚ, ਉਹ ਇਹ ਹੈ ਕਿ ਜੀਵ ਹੱਤਿਆ ਦੇ ਮਸਲੇ ਨੇ ਸਾਡੇ ਹਿੰਦੁਸਤਾਨੀ ਭਾਈਚਾਰੇ ਵਿੱਚ ਜਾਂ ਹਿੰਦੂ ਕੌਮ ਨੂੰ ਕਮਜ਼ੋਰ ਅਤੇ ਗੁਲਾਮ ਬਣਾਉਣ ਵਿੱਚ ਜੋ ਉੱਘਾ ਹਿੱਸਾ ਲਿੱਤਾ ਹੈ, ਉਸ ਦਾ ਖਿਆਲ ਸਿੱਖ ਕੌਮ ਦੀਆਂ ਨੀਹਾਂ ਰੱਖਣ ਵੇਲੇ ਅੱਖਾਂ ਅੱਗੇ ਰੱਖਿਆ ਗਿਆ ਸੀ, ਇਸੇ ਕਰਕੇ ਸਿੱਖਾਂ ਵਿੱਚ ਮਾਸ ਖਾਣ ਦੀ ਖੁੱਲ ਹੈ। ਔਰ ਇਹਨਾਂ ਦੀ ਦੂਸਰੀ ਕਿਤਾਬ ਹੈ ਇੱਕ ਸਫਲ ਜੀਵਨ, ਉਹਦੇ ਵਿੱਚ ਵੀ ਜੀਵ ਹੱਤਿਆ ਦੇ ਸਿਰਲੇਖ ਥੱਲੇ ਅਤੇ ਮਾਸ ਦੇ ਆਰਟੀਕਲ ਹੈ ਉਹਦੇ ਥੱਲੇ ਵੀ ਇਹਨਾਂ ਨੇ ਬੜਾ ਕਲੈਰਿਟੀ ਨਾਲ ਗੁਰਬਾਣੀ ਅਨੁਸਾਰ, ਗੁਰੂ ਆਸ਼ੇ ਅਨੁਸਾਰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਸਿੱਖ ਧਰਮ ਵਿੱਚ ਮੀਟ ਖਾਣ ਦੀ ਮਨਾਹੀ ਨਹੀਂ ਹੈ, ਲੇਕਿਨ ਹਰ ਇੱਕ ਬੰਦਾ ਇਹ ਕਹਿੰਦਾ ਕਿ ਇਹ ਇੱਕ ਪਰਸਨਲ ਚੋਇਸ ਹੈ, ਉਹ ਸਿਧਾਂਤ ਨਹੀਂ ਹੋ ਸਕਦਾ। ਇਹਦੇ ਬਾਰੇ ਵਿਸਥਾਰ ਵਿੱਚ ਹੋਰ ਤੁਹਾਡੇ ਵਿਚਾਰ ਲੈਣੇ ਜੀ। ਰਣਜੀਤ ਸਿੰਘ ਜੀ, ਹਾਂਜੀ ਸਰਦਾਰ ਹਰਪ੍ਰੀਤ ਸਿੰਘ, ਪਹਿਲਾਂ ਤਾਂ ਤੁਹਾਡਾ ਧੰਨਵਾਦ ਤੁਸੀਂ ਲਿਆਂਦਾ ਮੇਰੇ ਨਾਲ। ਕਾਫ਼ੀ ਦੇਰ ਤੋਂ ਅਸੀਂ ਆਪਸ ਵਿੱਚ ਹੀ ਗੱਲਬਾਤ ਕਰਦੇ ਰਹਿੰਦੇ ਸੀ, ਲੇਕਿਨ ਚਾਂਸ ਨਹੀਂ ਮਿਲਿਆ ਜੀ। ਦੂਸਰੀ ਗੱਲ ਇਹ, ਦੇਖੋ ਇੱਕ ਵਿਸ਼ਾ ਬਹੁਤ ਲੰਬਾ ਚੌੜਾ ਹੈ, ਔਰ ਮੇਰਾ ਜਿਹੜਾ ਬੇਸ ਹੈ ਇਸ ਵਿਸ਼ੇ ਨੂੰ ਰਿਸਰਚ ਕਰਨ ਦਾ ਜੀ, ਉਹ ਇੱਕੋ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਠੀਕ ਹੈ ਜੀ। ਕਿਉਂਕਿ ਸਿੱਖਾਂ ਦੇ ਜਿਹੜੇ ਧਾਰਮਿਕ ਕਿਤਾਬ ਜਾਂ ਜਿਹਨੂੰ ਗੁਰੂ ਕਹਿ ਲਈਏ ਉਹ ਗੁਰੂ ਗ੍ਰੰਥ ਸਾਹਿਬ ਹੈ ਜੀ। ਕਿਹਨੇ ਕੀ ਲਿਖਿਆ ਉਹਦੀ ਆਪਣੀ ਮਰਜ਼ੀ ਹੈ, ਠੀਕ ਹੈ, ਉਹ ਉਹਦੇ ਆਪਣੇ ਵਿਚਾਰ ਨੇ, ਕੁਛ ਵੀ ਹੋ ਸਕਦੇ ਨੇ ਜੀ। ਲੇਕਿਨ ਮੈਂ ਉਹੀ ਗੱਲ ਕਰਾਂਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੱਲ ਲਿਖੀ ਹੈ, ਮੈਂ ਕੋਈ ਮਿਸਾਲ ਵੀ ਉਦਾਹਰਣ ਵੀ ਦਿਆਂਗਾ ਜੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀਆਂ ਤੁੱਕਾਂ ਦੀ ਦਿਆਂਗਾ, ਕਿਉਂਕਿ ਮੈਂ ਸੇਧ ਉੱਥੋਂ ਲਈ ਹੈ, ਠੀਕ ਹੈ, ਔਰ ਜਿੰਨਾ ਕੁ ਮੈਨੂੰ ਸਮਝ ਆਇਆ ਉਹੀ ਮੈਂ ਤੁਹਾਡੇ ਕੋਲ। ਤੁਹਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਕਿਸ ਚੀਜ਼ 'ਤੇ ਐਮਫਸਾਈਜ਼ ਕੀਤਾ ਗਿਆ? ਦੇਖੋ, ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲਾਂ ਸਾਨੂੰ ਇਹੀ ਸਮਝਣਾ ਪਏਗਾ ਮਾਸ ਹੈ ਕੀ ਚੀਜ਼, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਇੱਕ ਪੰਡਿਤ ਨੂੰ ਜਾਂ ਮੌਲਵੀ ਨੂੰ ਜਾਂ ਪਾਧੇ ਨੂੰ ਇੱਕ ਪੂਰਾ ਹੀ ਸ਼ਬਦ ਲਿਖ ਦਿੱਤਾ ਕਿ ਤੂੰ ਮਾਸ ਕਹਿ ਕੇ ਤੂੰ ਝਗੜਦਾ ਤਾਂ ਹੈਗਾ ਪਰ ਤੈਨੂੰ ਮਾਸ ਦੀ ਅਸਲੀਅਤ ਦਾ ਪਤਾ ਨਹੀਂ। ਰਾਈਟ।
ਉਹਦੇ ਵਿੱਚ ਮਾਸ ਦੀ ਅਸਲੀਅਤ ਹੀ ਸਮਝਾਈ ਗਈ ਹੈ ਉਸ ਸ਼ਬਦ ਦੇ ਵਿੱਚ। ਉਹਦੇ 'ਚ ਇਹ ਨਹੀਂ ਕਿਹਾ ਗਿਆ ਜਿਹਨੂੰ ਅੱਜ ਕੱਲ੍ਹ ਲੋਕ ਅਸੀਂ ਆਮ ਸਾਡੇ ਪ੍ਰਚਲਿਤ ਹੈ ਮਾਸ ਮਾਸ ਕਰ ਮੂਰਖ ਝਗੜੇ ਜੀ ਜੀ, ਸਿਰਫ ਇੰਨੀ ਤੁੱਕ ਅਸੀਂ ਬੜੀ ਵਾਰ ਰਿਪੀਟ ਕਰਦੇ ਹਾਂ ਜੀ, ਕੋਈ ਵੀ ਹੈ ਉਹ ਇਸ ਤੁੱਕ ਨੂੰ ਰਿਪੀਟ ਕਰਦਾ, ਲੇਕਿਨ ਇਹ ਅੱਧੀ ਤੁੱਕ ਇਹਦੇ ਨਾਲ ਦੀ ਅੱਧੀ ਤੁੱਕ ਹੀ ਹੈ ਜੀ, ਗਿਆਨ ਧਿਆਨ ਨਹੀਂ ਜਾਣੇ। ਗਿਆਨ ਔਰ ਧਿਆਨ ਦੀ ਗੱਲ ਹੈ, ਉਸ ਗੁਰਬਾਣੀ ਨੂੰ ਸਮਝਣ ਦੀ ਗੱਲ ਹੈ ਜੀ। ਉਹਦੇ ਵਿੱਚ ਹਰ ਇੱਕ ਚੀਜ਼ ਦੱਸੀ ਮਾਸ ਦੇ ਬਾਰੇ। ਜੇ ਮਾਸ ਨੂੰ ਹੀ ਅਸੀਂ ਨਫ਼ਰਤ ਕਰੀਏ ਤਾਂ ਅਸੀਂ ਜੰਮਦੇ ਵੀ ਮਾਸ 'ਚੋਂ, ਪੈਦਾ ਵੀ ਮਾਸ ਦੇ ਵਿੱਚੋਂ ਹੁੰਦੇ ਹਾਂ। ਔਰ ਉਹਦੇ ਇਲਾਵਾ ਵਿਆਹ ਸ਼ਾਦੀਆਂ ਜਿੰਨੇ ਕਾਰੋਬਾਰ, ਹਰ ਇੱਕ ਚੀਜ਼ ਜਿਹੜਾ ਸਾਡਾ, ਅਸੀਂ ਇੱਥੇ ਬੈਠੇ ਹਾਂ, ਸਾਡਾ ਇਹ ਵੀ ਮਾਸ ਹੈ ਬਿਲਕੁਲ। ਉਹਦੇ ਵਿੱਚ ਇਹ ਮਾਸ ਬਣਦਾ ਕਿੱਦਾਂ, ਚਾਹੇ ਸਾਡਾ ਚਾਹੇ ਜਾਨਵਰ ਦਾ ਕਿਸੇ ਦਾ ਵੀ, ਇਸੇ ਬਨਸਪਤੀ ਨੂੰ ਉਹ ਖਾਂਦੇ ਨੇ, ਉਸੇ ਬਨਸਪਤੀ ਨੂੰ ਅਸੀਂ ਖਾਂਦੇ ਹਾਂ ਜੀ। ਇਹ ਸਿਰਫ ਮਾਸ ਦੀ ਡੈਫੀਨੇਸ਼ਨ, ਮਾਸ ਦੀ ਬਣਤਰ ਉਸਦੇ ਵਿੱਚ ਦੱਸੀ ਹੈ, ਲੇਕਿਨ ਅਸੀਂ ਇੱਕੋ ਸ਼ਬਦ ਦੇ ਉਹ ਅੱਧੀ ਲਾਈਨ ਨੂੰ ਲੈ ਕੇ ਮਾਸ ਮਾਸ ਕਰ ਮੂਰਖ ਝਗੜੇ, ਦੂਜੇ ਦਾ ਮੂੰਹ ਬੰਦ ਕਰਾ ਦਿੰਦੇ। ਠੀਕ ਹੈ, ਉਸ ਚੀਜ਼ ਨੂੰ ਲੈ ਕੇ ਉਸ ਨੂੰ ਮੈਂ ਅੱਗੇ ਰੱਖਦਾ। ਪਹਿਲਾਂ ਮੈਂ ਇਹਦੇ ਵਿੱਚੋਂ ਇਹ ਗੁਰਬਾਣੀ ਦੇ ਵਿੱਚੋਂ ਦੱਸਾਂਗਾ ਕਿ ਮਾਸ ਨੂੰ ਐਕਚੁਅਲ ਕਿਸ ਚੀਜ਼ ਦੇ ਵਿੱਚ ਲਿਆ ਗਿਆ ਜੀ। ਸ੍ਰੀ ਰਾਗ ਮਹੱਲਾ ਪਹਿਲਾ, ਇਹ ਗੁਰੂ ਗ੍ਰੰਥ ਸਾਹਿਬ ਦੇ 20 ਅੰਕ ਦੇ ਉੱਤੇ ਹੈ। ਰਸ ਸੋਇਨਾ ਰਸ ਰੁੱਪਾ, ਕਾਮਣ ਰਸ ਪਰਮਲ ਕੀ ਬਾਸ, ਰਸ ਘੋੜੇ ਰਸ ਸੇਜਾ, ਮੰਦਰ ਰਸ ਮੀਠਾ ਰਸ ਮਾਸ ਜੀ। ਇਹਨਾਂ ਰਸਾਂ ਜਿੱਦਾਂ ਬਾਕੀ ਦੇ ਰਸ ਨੇ, ਇਸ ਮਾਸ ਨੂੰ ਵੀ ਉਸੇ ਰਸ ਦਾ ਇੱਕ ਦਿੱਤਾ ਹਿੱਸਾ ਦੱਸਿਆ ਗਿਆ। ਇਹ ਨਹੀਂ ਜਿਸ ਤਰ੍ਹਾਂ ਬਾਕੀ ਦਾ, ਮਤਲਬ ਜਿਸ ਤਰ੍ਹਾਂ ਬਾਕੀ ਦਿਆਂ ਦਾ ਖੰਡਨ ਉਹ ਕਹਿੰਦੇ ਨੇ, ਗੁਰਬਾਣੀ ਕਹਿੰਦੀ ਹੈ ਕਰਨਾ, ਉਹ ਰਸ ਦੇ ਵਿੱਚ ਆ ਗਿਆ, ਸਾਡਾ ਇੱਕ ਭੋਜਨ ਦਾ ਹਿੱਸਾ ਨਹੀਂ ਬਣਾਇਆ, ਠੀਕ ਹੈ, ਸਾਡੀ ਜ਼ਰੂਰੀ ਚੀਜ਼ ਨਹੀਂ ਬਣਾਈ। ਉਹ ਤੋਂ ਬਾਅਦ ਅਸੀਂ ਅੱਗੇ ਚੱਲੇ, ਗੁਰੂ ਨਾਨਕ ਸਾਹਿਬ ਦੀ ਇਹ ਬਾਣੀ ਹੈ, ਜਿੱਤ ਇਹਨਾਂ ਨੇ ਭਾਈ ਸਾਹਿਬ ਨੇ ਵੀ ਉਹਦਾ ਮੈਂਸ਼ਨ ਕੀਤਾ, ਜਿੱਤ ਖਾਧੇ ਗੁਰੂ ਨਾਨਕ ਸਾਹਿਬ ਦਾ, ਜਿੱਤ ਖਾਧੇ ਤਨ ਪੀੜੀਏ ਮਨ ਮੈਂ ਚਲੇ ਬਕਾਰ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਇਹ ਖੁਸ਼ੀ ਨੂੰ ਖੰਡਨ ਕਰ। ਇਹ ਤੋਂ ਬਾਅਦ ਅੱਗੇ ਮੈਂ ਇਸੇ ਗੁਰੂ ਗ੍ਰੰਥ ਸਾਹਿਬ ਵਿੱਚ ਚੱਲਾਂਗੇ। ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੀ ਬਾਣੀ ਆ, ਹੁਣ ਮੈਂ ਇੱਕ ਹੋਰ ਕਲੀਅਰੀ ਫਿਰ ਕਰਦੇ ਹਾਂ, ਕਈ ਦਫ਼ਾ ਅਸੀਂ ਕਹਿੰਦੇ ਹਾਂ ਜੀ ਹਾਂ ਇਹ ਗੁਰੂ ਦੀ ਬਾਣੀ ਨਹੀਂ, ਇਹ ਭਗਤ ਦੀ ਬਾਣੀ ਹੈ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ ਜੀ, ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਵੀ ਕੁਛ ਲਿਖਿਆ ਗਿਆ ਜੀ, ਉਹ ਸਾਡੇ ਲਈ ਗੁਰੂ ਸ਼ਬਦ ਹੈ। ਬਿਲਕੁਲ ਜੀ, ਕੁਛ ਬਿਲਕੁਲ। ਹੁਣ ਇਹ ਤੋਂ ਅੱਗੇ ਮੈਂ ਕਰਾਂ, 1350 ਅੰਕ ਦੇ ਉੱਤੇ ਕਬੀਰ ਜੀ, ਪ੍ਰਭਾਤੀ ਕਬੀਰ ਜੀ ਦੇ ਵਿੱਚ ਕਬੀਰ ਜੀ ਭਗਤ ਹੋਏ ਨੇ, ਜਿਹਨਾਂ ਦੀ ਬਾਣੀ, ਵੈਸੇ ਕਬੀਰ ਗ੍ਰੰਥ ਹੈ ਇੱਕ ਜੀ, ਜਿਹਦੇ ਵਿੱਚ ਬਹੁਤ ਜ਼ਿਆਦਾ ਬਾਣੀ ਕਬੀਰ ਦੀ, ਲੇਕਿਨ ਗੁਰੂਆਂ ਨੇ ਜੋ ਉਹਨਾਂ ਦੇ ਅਸੂਲ ਜਾਂ ਉਹਨਾਂ ਦੇ ਮਕਸਦ ਮੌਟੇ ਦਾ ਮੈਚ, ਸਿਰਫ ਉਨੇ ਹੀ ਪੋਰਸ਼ਨ ਨੂੰ ਲਿਆ, ਅਸੀਂ ਜਿਹੜਾ ਬਾਕੀ ਦਾ ਬਾਹਰ ਪੋਰਸ਼ਨ ਪਿਆ ਉਹਨੂੰ ਅਸੀਂ ਗੁਰਬਾਣੀ ਜਾਂ ਸਾਡੇ ਸਿੱਖ ਸਿਧਾਂਤਾਂ ਦੇ ਨਾਲ ਅਸੀਂ ਨਹੀਂ ਮੇਲ ਕਰ ਸਕਦੇ। ਹੁਣ ਜੋ ਕੁਛ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਮੈਂ ਉਹੀ ਪੜ੍ਹਾਂਗਾ। 1350 ਅੰਕ ਦੇ ਪ੍ਰਭਾਤੀ ਕਬੀਰ ਜੀ, ਵੇਦ ਕਿਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ, ਜੋ ਸਭ ਮੈਂ ਏਕ ਖੁਦਾਏ ਕਹਿ ਤੋ, ਜੋ ਸਭ ਮੈਂ ਏਕ ਖੁਦਾਏ ਕਹਿ ਤੋ ਕਿਉਂ ਮੁਰਗੀ ਮਾਰੇ। ਠੀਕ, ਉਸ ਮੁਰਗੀ ਜੇ ਇਹਨੂੰ ਹਰ ਚੀਜ਼ ਵਿੱਚ ਰੱਬ ਵੱਸਦਾ ਤਾਂ ਫਿਰ ਮੁਰਗੀ ਨੂੰ ਕਿਉਂ ਮਾਰਨਾ। ਇਹਦੇ ਬਾਰੇ ਅਸੀਂ ਹੋਰ ਤੁਹਾਡਾ ਪਰਸਪੈਕਟਿਵ ਲੈਂਦੇ ਹਾਂ ਜੀ, ਦੋਨਾਂ ਦਾ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਵਾਪਸ ਆਉਂਦੇ ਹਾਂ। ਲੈਣੇ ਜੀ ਇੱਕ ਛੋਟੀ ਜਿਹੀ ਬ੍ਰੇਕ, ਵਾਪਸ ਆਵਾਂਗੇ, ਉਸ ਤੋਂ ਬਾਅਦ ਸਰਦਾਰ ਸਤਵਿੰਦਰ ਪਾਲ ਸਿੰਘ ਜੰਗੀ, ਸਰਦਾਰ ਰਣਜੀਤ ਸਿੰਘ ਨਾਲ ਇਸ ਵਿਸ਼ੇ ਉੱਤੇ ਗੱਲਬਾਤ ਚੱਲਦੀ ਰਹੇਗੀ। ਵੇਖਦੇ ਰਹੋ ਹਰਪ੍ਰੀਤ ਸਿੰਘ ਸ਼ੋਅ, ਬਿਲਡਿੰਗ ਬ੍ਰਿਜਸ ਥਰੂ ਡਾਇਲੋਗ। ਖਾਲਸਾ ਕ੍ਰੈਡਿਟ ਯੂਨੀਅਨ ਵਿੱਚ ਅੱਜ ਹੀ ਆਓ ਤੇ ਵਧੀਆ ਵਿਆਜ ਪਾਓ। ਪਰਿਵਾਰਕ ਮਾਹੌਲ ਜਿੱਥੇ ਤੁਹਾਨੂੰ ਪਰਸਨਲਾਈਜ਼ਡ ਸਰਵਿਸਿਜ਼ ਮਿਲਦੀਆਂ ਹਨ। ਖੁਲਵਾਣਾ ਹੋਵੇ ਪਰਸਨਲ ਟੈਕਸ ਫ੍ਰੀ ਸੇਵਿੰਗ ਅਕਾਊਂਟ ਜਾਂ ਫਿਰ ਬਿਜ਼ਨਸ ਖਾਤਾ, ਜਾਂ ਫਿਰ ਲੈਣੀ ਹੋਵੇ ਮੌਰਗੇਜ ਜਾਂ ਲਾਈਨ ਆਫ ਕ੍ਰੈਡਿਟ। ਖਾਲਸਾ ਕ੍ਰੈਡਿਟ ਯੂਨੀਅਨ, ਉਹ ਰਾਜ ਜਿੱਥੇ ਤੁਸੀਂ ਹਮੇਸ਼ਾ ਵਿਸ਼ਵਾਸ ਕਰ ਸਕਦੇ ਹੋ। ਯਾਦ ਰੱਖੋ, ਖਾਲਸਾ ਕ੍ਰੈਡਿਟ ਯੂਨੀਅਨ 5 ਬ੍ਰਾਂਚਸ ਲੋਅਰ ਮੇਨਲੈਂਡ ਤੇ ਵਿਕਟੋਰੀਆ ਵਿੱਚ ਸਰਵ ਕਰ ਰਹੇ ਹਨ। ਖਾਲਸਾ ਕ੍ਰੈਡਿਟ ਯੂਨੀਅਨ, ਤੁਹਾਡੀ ਆਪਣੀ ਕ੍ਰੈਡਿਟ ਯੂਨੀਅਨ। ਲਾਈਟਿੰਗ ਦੀ ਦੁਨੀਆ ਵਿੱਚ ਇੱਕੋ ਇੱਕ ਚਮਕਦਾ ਨਾਮ ਸੇਵ ਮੋਰ ਲਾਈਟਿੰਗ ਲਿਮਿਟਡ। ਪਿਛਲੇ 21 ਸਾਲਾਂ ਤੋਂ ਦੁਨੀਆ ਦੇ ਮਸ਼ਹੂਰ ਸਪਲਾਇਰਸ ਦੇ ਉੱਚ ਕੁਆਲਿਟੀ ਦੇ ਬ੍ਰਾਂਡਡ ਪ੍ਰੋਡਕਟਸ ਤੁਸੀਂ ਇੱਥੋਂ ਹੋਲਸੇਲ ਕੀਮਤਾਂ 'ਤੇ ਖਰੀਦ ਸਕਦੇ ਹੋ। ਸ਼ੈਂਡਲੀਅਰਸ, ਕ੍ਰਿਸਟਲਸ, ਪੋਟ ਲਾਈਟਸ, ਗਾਰਡਨ ਲਾਈਟਸ, ਪੈਂਡੈਂਟਸ, ਵੈਨਿਟੀ ਜਾਂ ਆਊਟਡੋਰ ਲਾਈਟਿੰਗ ਇੱਕੋ ਛੱਤ ਹੇਠਾਂ ਤੁਸੀਂ ਬਹੁਤ ਹੀ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸਪੈਸ਼ਲ ਰੇਟਸ ਫੋਰ ਬਿਲਡਰਸ ਐਂਡ ਕੰਟਰੈਕਟਰਸ। ਅੱਜ ਹੀ ਪਹੁੰਚੋ ਸੇਵ ਮੋਰ ਲਾਈਟਿੰਗ, ਯੂਨਿਟ 137, 12639, 80th ਐਵਨਿਊ, ਸਰੀ। ਉਹ ਨਾਮ ਜਿਹੜਾ ਖੂਬਸੂਰਤੀ ਅਤੇ ਐਲੀਗੈਂਸ ਦਾ ਪ੍ਰਤੀਕ ਹੈ,
ਅਸੀਂ ਲੈ ਕੇ ਆਏ ਹਾਂ ਉੱਚ ਕੁਆਲਿਟੀ ਦੇ ਸਟਾਈਲ, ਕਲਰ ਅਤੇ ਟੈਕਸਚਰ ਦਾ ਸੰਮੇਲ। ਬਹੁਤ ਸਾਰੇ ਕਿਸਮਾਂ ਦੇ ਕੈਨੇਡਾ ਵਿੱਚ ਬਣੇ ਹੋਏ ਸੋਫਾਜ਼, ਲਵ ਸੀਟਸ, ਬੈੱਡਸ, ਅਪਹੋਲਸਟਰ ਬੈੱਡਸ, ਚੇਅਰਸ, ਸ਼ੇਜ, ਸੈਕਸ਼ਨਲਸ ਅਤੇ ਐਕਸੈਸਰੀਜ਼, ਕਸਟਮ ਡਿਜ਼ਾਈਨ ਪੀਸਿਸ ਜਾਂ ਸਾਡੀ ਆਪਣੀ ਕਲੈਕਸ਼ਨ ਨਾਲ ਆਪਣੇ ਘਰ ਨੂੰ ਸਜਾਉਣ ਦਾ ਆਨੰਦ ਮਾਣੋ। ਕਾਲ 1-866-842-6824। ਡਾਕਟਰ ਅਲੀ ਕਨਾਨੀ ਆਰਥੋਡੋਂਟਿਕਸ ਦੇ ਸਰਟੀਫਾਈਡ ਸਪੈਸ਼ਲਿਸਟ ਹਨ। ਇਹ ਹਰ ਕਿਸਮ ਦੀਆਂ ਡੈਂਟਲ ਅਤੇ ਫੇਸ਼ੀਅਲ ਇਰੈਗੂਲੈਰਿਟੀਜ਼ ਦੀ ਜਾਂਚ ਕਰਕੇ ਇਲਾਜ ਕਰਦੇ ਹਨ ਅਤੇ ਰੋਕਥਾਮ ਦੇ ਤਰੀਕੇ ਦੱਸਦੇ ਹਨ। ਸਾਫ਼ ਸੁਥਰੇ ਮਾਹੌਲ ਅਤੇ ਲੇਟੈਸਟ ਮਸ਼ੀਨਸ ਦੇ ਨਾਲ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਟ੍ਰੀਟਮੈਂਟ ਕੀਤੀ ਜਾਂਦੀ ਹੈ। ਇਲਾਜ ਕਰਾਓ ਅਤੇ ਏਅਰ ਮਾਈਲਸ ਵੀ ਪਾਓ। ਕ੍ਰੀਏਟਿੰਗ ਬਿਊਟੀਫੁਲ ਸਮਾਈਲਸ, ਗਿਲਫਰਡ ਆਰਥੋਡੋਂਟਿਕ ਸੈਂਟਰ, 604-599-2212 ਜਾਂ ਲੈਂਗਲੀ ਆਰਥੋਡੋਂਟਿਕਸ, 604-533-6696। ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ। ਤਾਂ ਕੀ ਮੀਟ ਸਾਨੂੰ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਗੁਰਬਾਣੀ ਅਨੁਸਾਰ, ਆਓ ਇਸੇ ਵਿਸ਼ੇ ਵਿੱਚ ਹੁਣ ਤੋਂ ਸ਼ਾਮਿਲ ਕਰਦੇ ਹਾਂ ਜੀ। ਤੁਸੀਂ ਬ੍ਰੇਕ ਤੋਂ ਪਹਿਲਾਂ ਕਹਿ ਰਹੇ ਸੀ ਕਿ ਮੁਰਗੀ ਵਿੱਚ ਵੀ ਰੱਬ ਵਸਦਾ, ਹਰ ਥਾਂ ਰੱਬ ਵਸਦਾ ਹੈ। ਹਾਂਜੀ, ਮੈਂ ਉਸੇ ਸ਼ਬਦ ਨੂੰ ਮੈਂ ਅੱਗੇ ਪੂਰਾ ਕਰਾਂਗਾ ਕਿਉਂਕਿ ਅਗਲੇ ਸ਼ਬਦ ਉਹਦੇ ਜਿਹੜੇ ਲਾਈਨਾਂ ਨੇ ਉਹਨਾਂ ਦੇ ਵਿੱਚ ਵੀ ਇਸ ਚੀਜ਼ ਦੇ ਬਾਰੇ ਹੋਰ ਕਲੈਰੀਫਿਕੇਸ਼ਨ ਹੈ ਇਹਦੇ ਮੀਨਸ ਖਾਣਾ ਚਾਹੀਦਾ ਨਹੀਂ ਖਾਣਾ ਚਾਹੀਦਾ। ਮੁੱਲਾਂ ਕਹੋ ਨਿਆਓ ਖੁਦਾਈ, ਤੇਰੇ ਮਨ ਕਾ ਭਰਮ ਨਾ ਜਾਈ। ਇਹ ਰੁਹਾਓ ਦੀ ਤੁਕਤ ਹੈ। ਅੱਗੇ ਸੁਣੋ, ਖਾਸ ਆ ਇੱਥੇ ਧਿਆਨ ਦੇਣ ਦੀ ਲੋੜ ਹੈ। ਪਕੜ ਜੀਓ ਆਨਿਆ ਦੇ ਬਨਾਸੀ, ਮਾਟੀ ਕੋ ਬਿਸਮਲ ਕੀ ਆ, ਜੋਤ ਸਰੂਪ ਅਨਾਹਤ ਲਾਗੀ, ਕਹੋ ਹਲਾਲ ਕਿਆ ਕੀ ਆ। ਠੀਕ ਹੈ, ਮੁੱਲਾਂ ਨੂੰ ਪੁੱਛਦੇ ਆ ਜਿਹਦੇ ਵਿੱਚ ਰੱਬ, ਜਿਹਦੇ 'ਚ ਆਲਰੇਡੀ ਉਹ ਪਰਮਾਤਮਾ ਵਸਦਾ ਸੀ, ਉਹਨੂੰ ਤਾਂ ਕਤਲ ਕਰ ਦਿੱਤਾ। ਠੀਕ, ਹੁਣ ਜਿਹੜੀ ਮਿੱਟੀ ਪੈ ਗਈ ਆ ਥੱਲੇ, ਮਿੱਟੀ ਪਈ ਆ, ਉਹ ਚਾ ਕੇ ਉਸੇ ਰੱਬ ਨੂੰ ਖਵਾਉਣ ਲੱਗਾ ਆ, ਉਹਨੂੰ ਭੋਗ ਲਵਾਉਣਾ, ਬਸ ਹਾਂ ਤੇਰੇ ਨਾਂ 'ਤੇ ਮੈਂ ਆ ਇੱਕ ਸ਼ਹੀਦੀ ਦੇ ਦਿੱਤੀ ਹੈ। ਰਾਈਟ, ਹਾਂਜੀ ਜੰਗੀ ਸਾਹਿਬ, ਇੱਕ ਹਰ ਚੀਜ਼ ਜਿੱਥੇ ਰੱਬ ਵਸਦਾ ਹੈ, ਬਿਲਕੁਲ, ਫਿਰ ਕਿਵੇਂ ਅਸੀਂ ਇਸਨੂੰ ਜਸਟੀਫਾਈ ਕਰ ਸਕਦੇ ਹਾਂ ਕਿ ਜੀ ਮੀਟ ਖਾਣਾ ਚਾਹੀਦਾ। ਮੈਂ ਹੁਣ ਨਹੀਂ ਖੋਲਾਂਗਾ ਸਾਹਿਬ ਸਿੰਘ ਦਾ ਜਿਹੜਾ ਇਹਨਾਂ ਦਾ ਸਟੀਕ ਹੈ, ਲੇਕਿਨ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਜੀ ਜਿਹੜੇ ਵੀ ਵਿਊਰਸ ਨੇ ਉਹਨਾਂ ਨੂੰ, ਕਿ ਜਿਹੜੀਆਂ ਪ੍ਰੋਫੈਸਰ ਸਾਹਿਬ ਸਿੰਘ ਦੀਆਂ 10 ਸੈਂਚੀਆਂ ਨੇ ਨਾ, ਉਹਨਾਂ ਜਿਹੜੀ 10ਵੀਂ ਸੈਂਚੀ ਆ ਉਹਦੇ ਵਿੱਚ ਉਹਨਾਂ ਨੇ ਮਾਸ ਬਾਰੇ ਹੀ ਬਹੁਤ ਜ਼ਿਆਦਾ ਪੇਜਾਂ ਦੇ ਉੱਤੇ ਜਿੰਨੀਆਂ ਪੰਕਤੀਆਂ ਸਾਨੂੰ ਇਹ ਭਾਈ ਸਾਹਿਬ ਨੇ ਵੀ ਪੜ੍ਹੀਆਂ, ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਨੇ, ਅਤੇ ਭਾਂਗ ਮਾਛਲੀ ਸੁਰਾ ਪਾਨ ਜੋ ਪ੍ਰਾਣੀ ਖਾਏ, ਤੀਰਥ ਵਰਤ ਔਰ ਨੇਮਕੀ ਅਤੇ ਸਭ ਰਸਤ ਜਾ, ਇਹਦਾ ਤਾਤਪਰਜ ਕੀ ਆ ਜੀ। ਲੇਕਿਨ ਆਪਾਂ ਹੁਣ ਇਸ ਪੰਕਤੀ 'ਤੇ ਉਹਨੇ ਜਿਹੜੀ ਇਹਨਾਂ ਨੇ ਆਧਾਰ ਬਣਾਇਆ ਕਿ ਮੁਰਗੀ ਮਾਏ ਖੁਦਾਏ ਕਹੇ ਤੋ ਕਿਉਂ ਮੁਰਗੀ ਮਾਰੇ, ਉੱਥੇ ਕੁਰਬਾਨੀ ਦੇ ਉੱਤੇ ਕਬੀਰ ਸਾਹਿਬ ਜਿਹੜੀ ਆ ਉਹ ਕਟਾਕਸ਼ ਦੇ ਰਹੇ ਉਹਨਾਂ ਨੂੰ, ਜਿਵੇਂ ਕਿ ਉਹ ਕਹਿ ਰਹੇ ਆ ਕਿ ਤੁਸੀਂ ਕਿਸੇ ਨੂੰ ਕੋਈ ਅਰਪਣ ਕਰਨਾ ਆ, ਤੁਸੀਂ ਜਾ ਕੇ ਬੱਕਰੇ ਮੁਰਗੀਆਂ ਫੜ ਕੇ ਤਾਂ ਉੱਥੇ ਜਾ ਕੇ ਉਹਨਾਂ ਨੂੰ ਕੁਰਬਾਨੀ ਦੇ ਦਿੰਦੇ ਹਾਂ ਤਾਂ ਤੁਸੀਂ ਸਮਝਦੇ ਕਿ ਅਸੀਂ ਪਵਿੱਤਰ ਹੋ ਗਏ। ਉਹ ਕਹਿੰਦੇ ਲੇਕਿਨ ਤੁਹਾਡੇ ਅੰਦਰ ਜੋ ਕਪਟ ਜਾਲ ਹੈ, ਅੰਦਰ ਜੋ ਤੁਹਾਡੇ ਵਾਸ਼ਨਾਵਾਂ ਨੇ, ਅੰਦਰ ਜੋ ਲੋਭ ਕ੍ਰੋਧ ਮੋਹ ਹੰਕਾਰ ਹੈ, ਉਹ ਤਾਂ ਤੁਸੀਂ ਛੱਡਿਆ ਨਹੀਂ। ਦੂਸਰਾ ਜਿਹੜੀ ਚੀਜ਼ ਆ ਵੀ ਇਹ ਤਾਂ ਪਰਮਾਤਮਾ ਦੀਆਂ ਹੀ ਵਸਤਾਂ ਨੇ, ਪਰਮਾਤਮਾ ਦੀ ਚੀਜ਼ ਨੂੰ ਪਰਮਾਤਮਾ ਦੇ ਮੂਹਰੇ ਅਰਪਣ ਕਰਨਾ ਜਾ ਕੇ, ਇਹ ਕੋਈ ਗਿਫਟ ਨਹੀਂ ਹੋਇਆ। ਤੁਸੀਂ ਕਿਸੇ ਨੂੰ ਨਜ਼ਰਾਨਾ ਦੇਣਾ, ਕੁਛ ਆਪਣਾ ਦਿਓ, ਇਹ ਤਾਂ ਪਰਮਾਤਮਾ ਦੀ ਚੀਜ਼ ਪਰਮਾਤਮਾ ਦੇ ਅੱਗੇ ਰੱਖਦੀ, ਇਹ ਤਾਂ ਕੋਈ ਕੁਰਬਾਨੀ ਨਾ ਹੋਈ। ਲਿਟਰਲ ਮੀਨਿੰਗ ਮਤਲਬ ਤੁਹਾਡਾ ਅਸੀਂ ਉਸ ਨੂੰ ਫਾਲੋ ਕਰਨੇ ਚਾਹੀਦੇ, ਪਾਵਰ ਅਰਥ ਨਹੀਂ, ਪਾਵਰ ਅਰਥ ਜਿਹੜੇ ਨੇ ਉਸਦੇ ਨੇ ਕਿ ਇਹ ਤਾਂ ਪਰਮਾਤਮਾ ਦੇ ਕੋਲ ਅੱਗੇ ਹੈਗੇ ਹੀ ਨਹੀਂ, ਉਹਦੀਆਂ ਚੀਜ਼ਾਂ ਨੇ। ਤੁਸੀਂ ਉਹਨਾਂ ਨੂੰ ਚੱਕ ਕੇ ਉਹਨੂੰ ਇੱਕ ਜਿੱਦਾਂ ਰਾਜੇ ਦੇ ਦਰਬਾਰ 'ਚ ਜਾ ਕੇ ਤੁਸੀਂ ਉਹਦੇ ਇੱਕ ਗੁਲਦਾਨ 'ਚ ਫੁੱਲ ਚੱਕ ਕੇ ਉਹਨੂੰ ਭੇਟ ਕਰਦੇ, ਉਹ ਕਹਿੰਦੇ ਇਹ ਤਾਂ ਤੂੰ ਕੁਛ ਨਾ ਦਿੱਤਾ ਹੋਇਆ, ਤੂੰ ਆਪਣਾ ਕੀ ਦਿੱਤਾ। ਓਕੇ, ਸੋ ਹੁਣ ਸਵਾਲ ਇਹ ਸਾਹਿਬ ਇਹ ਕਹਿ ਰਹੇ ਨੇ ਕਿ ਤੁਸੀਂ ਆਪਣੇ ਜਿਹਨੇ ਅਸੀਂ ਕਹਿੰਦੇ ਕੋਈ ਤੀਰਥਾਂ 'ਤੇ ਜਾ ਕੇ ਗੰਢੇ ਛੱਡਿਆ ਹੁੰਦਾ, ਮਸਾਂ ਦੀ ਦਾਲ ਛੱਡਣ ਨੂੰ, ਇਹ ਉਹੀ ਭਾਵ ਆ। ਰਾਈਟ, ਸਿਰਫ ਇਤਨਾ ਹੀ ਉਹ ਕਹਿਣਾ ਚਾਹੁੰਦੇ ਕਿ ਪਰਮਾਤਮਾ ਦੇ ਅੱਗੇ ਪਰਮਾਤਮਾ ਦੀ ਚੀਜ਼ਾਂ ਕੀ ਅਰਪਣ ਤੁਸੀਂ ਕਰ ਰਹੇ ਹੋ। ਹੁਣ ਇਹ ਸਵਾਲ ਇਹ ਆਉਂਦਾ ਹੈ, ਸੋਚ ਅਰਪਣ ਕਰੋ ਜਿਹੜੀ ਮੰਦੀ ਸੋਚ ਨੇ। ਲੇਕਿਨ ਹੁਣ ਸਵਾਲ ਇਹ ਆਉਂਦਾ ਹੈ ਕਿ ਜੇਕਰ ਮੀਟ ਮਾਸ ਖਾਣਾ ਪ੍ਰਵਾਨ ਹੁੰਦਾ ਸਿੱਖਾਂ ਦੇ ਵਿੱਚ, ਹਾਂਜੀ, ਗੁਰਦੁਆਰੇ ਅੱਜ ਸਾਰੀ ਦੁਨੀਆ ਭਰ ਵਿੱਚ ਅਸੀਂ ਜਿੱਥੇ ਦੇਖਦੇ ਹਾਂ ਉੱਥੇ ਗੁਰਦੁਆਰੇ ਹੈਗੇ ਨੇ, ਲੇਕਿਨ ਸਵਾਏ ਸ਼ਾਇਦ ਹੀ ਕਿਸੇ ਗੁਰਦੁਆਰੇ ਦੇ ਵਿੱਚ ਲੰਗਰ ਦੇ ਵਿੱਚ ਇਹ ਮਾਸ ਨੂੰ ਵਰਤਾਇਆ ਜਾਂਦਾ, ਇਹ ਕੀ ਫਿਰ ਕਾਰਨ ਹੋਇਆ? ਇਹ ਤਾਂ ਕਾਰਨ, ਜੇਕਰ ਇਹ ਐਕਸੈਪਟੇਬਲ ਹੁੰਦਾ ਗੁਰੂਆਂ ਨੂੰ ਵੀ ਤਾਂ ਕਿਉਂ ਨਹੀਂ ਸ਼ੁਰੂ ਹੋਈ? ਬਿਲਕੁਲ, ਇਹ ਜਦੋਂ ਆਪਾਂ ਕਈ ਵਾਰੀ ਬੈਠ ਕੇ ਗੱਲ ਕਰਦੇ ਨਾ, ਇਹ ਸਵਾਲ ਆਮ ਉੱਠਦਾ ਹੈ ਜੀ, ਔਰ ਬੜਾ ਵਧੀਆ ਸਵਾਲ ਹੈ ਕਿ ਫਿਰ ਜੇ ਪ੍ਰਵਾਨਗੀ ਹੈ ਤਾਂ ਗੁਰਦੁਆਰੇ ਦੇ ਲੰਗਰ ਦੇ ਵਿੱਚ ਕਿਉਂ ਨਹੀਂ ਵਰਤਾਉਂਦੇ? ਇੱਥੇ ਆਣ ਕੇ ਫਿਰ ਸਾਨੂੰ ਜਿਹੜੀ ਲੰਗਰ ਦੀ ਇੰਪੋਰਟੈਂਸ ਆ ਨਾ, ਉਹ ਸਾਡੇ ਜ਼ਿਹਨ ਨਸ਼ੀਨ ਜਦੋਂ ਹੋ ਜਾਂਦੀ ਆ ਪੂਰਾ ਸਾਨੂੰ ਪਤਾ ਆ, ਕਿਉਂਕਿ ਜਿਹੜੀ ਲੰਗਰ ਦੀ ਇੰਪੋਰਟੈਂਸ ਆ ਉਹ ਯਾਰ ਲੰਗਰ ਇਜ਼ ਨੋਟ ਓਨਲੀ ਫੋਰ ਸਿੱਖਸ। ਸਾਡੇ ਗੁਰੂ ਘਰ ਜਿਹੜੇ ਨੇ, ਜਿਹੜਾ ਨਿਸ਼ਾਨ ਸਾਹਿਬ ਹੈ, ਉਹ ਐਲਾਨ ਆ ਕਿ ਜਿਹੜਾ ਵੀ ਨਿਸ਼ਾਨ ਸਾਹਿਬ ਨੂੰ ਦੇਖ ਕੇ ਜਿਹਨੂੰ ਕਿਸੇ ਤਰ੍ਹਾਂ ਦੀ ਵੀ ਦੁਨੀਆਂ 'ਚ ਪ੍ਰੋਬਲਮ ਆ, ਉਹ ਇਸ ਨਿਸ਼ਾਨ ਸਾਹਿਬ ਵਾਲੇ ਸਥਾਨ 'ਤੇ ਆਵੇ, ਉਸਦਾ ਸਮਾਧਾਨ, ਉਹਦਾ ਹੱਲ ਕੀਤਾ ਜਾਊਗਾ। ਹੁਣ ਲੰਗਰ ਦੇ ਵਿੱਚ ਕਈ ਕੌਮਾਂ ਦੇ, ਕਈ ਧਰਮਾਂ ਦੇ, ਕਈ ਜਾਤ ਦੇ ਬੰਦੇ ਆ ਕੇ ਲੰਗਰ ਛਕਦੇ ਆ। ਠੀਕ ਹੈ, ਗੁਰੂ ਸਾਹਿਬਾਨ ਦਾ ਫੈਸ ਮਤ ਸੀ ਕਿ ਕਈ ਵੈਸ਼ਨੂੰ ਆ, ਕੋਈ
ਕਿਸੇ ਦਿਨ ਮੀਟ ਨਹੀਂ ਖਾਂਦਾ ਸਭ ਨੂੰ ਅਕੋਮੋਡੇਟ ਕਰਨਾ ਹੈ ਬੇਸਿਕਲੀ ਮਤਲਬ ਜਿਹੜਾ ਸਾਡਾ ਕਲੇਮ ਹੈ ਨਾ ਵੀ ਫॉर एवरीबॉडी ਇਹ ਸਾਰਿਆਂ ਲਈ ਆ ਜਿਹੜਾ ਬਿਲਕੁਲ ਜਿਹੜਾ ਇਹਦੇ ਪਿੱਛੇ ਭਾਵਨਾ ਹੈ ਨਾ ਕਿ ਇਹ ਹਰ ਇੱਕ ਲਈ ਆ ਹਰ ਇੱਕ ਤੋਂ ਮਤਲਬ ਕੋਈ ਵੀ ਲੰਗਰ ਛਕੇ ਤੋਂ ਬਿਨਾ ਨਾ ਜਾਵੇ ਅਗਰ ਕੋਈ ਚੀਜ਼ ਉੱਥੇ ਐਸੀ ਆ ਜਿਸ ਜਿਹੜਾ ਉਹਦਾ ਧਰਮ ਉਹਨੂੰ ਰੋਕਦਾ ਉਹਦੇ ਕੋਈ ਹੋਰ ਚੀਜ਼ ਉਹਨੂੰ ਰੋਕਦੀ ਆ ਉਹਦੀ ਸਰੀਰਕ ਬਣਤਰ ਜਾਂ ਬਿਮਾਰੀ ਰੋਕਦੀ ਆ ਉਦਾਂ ਦਾ ਨਾ ਹੋਵੇ ਤਾਂ ਕਿ ਕੋਈ ਇਹ ਕਿੰਤੂ ਨਾ ਕਰ ਸਕੇ ਕਿ ਇਹ ਲੰਗਰ ਨਹੀਂ ਸਾਰਿਆਂ ਵਾਸਤੇ ਗੁਰੂ ਦਾ ਕਿਉਂਕਿ ਮੈਂ ਤਾਂ ਐ ਕਰਦਾ ਜਾਂ ਆਹ ਖਾਂਦਾ ਇਸ ਕਰਕੇ ਉਹ ਕਲੇਮ ਕੋਈ ਕਰ ਹੀ ਨਾ ਸਕੇ ਲੰਗਰ ਤੇ ਇਸ ਕਰਕੇ ਇਹ ਸਾਡਾ ਕਲੇਮ ਜਿਹੜਾ ਇਹ ਮਤਲਬ ਇਹਦਾ ਇਹ ਬੋਲ ਬਾਲਾ ਰਹੇ ਇਸ ਕਲੇਮ ਦਾ ਕਿ ਇਸ ਫੋਰ ਐਵਰੀਬਾਡੀ ਇਹ ਸਾਰਿਆਂ ਲਈ ਆ ਇਸ ਕਰਕੇ ਇਸ ਚੀਜ਼ ਨੂੰ ਮੇਨਟੇਨ ਰੱਖਣ ਦੀ ਕੋਸ਼ਿਸ਼ ਕੀਤੀ ਹੈ ਜੀ ਰਣਜੀਤ ਸਿੰਘ ਜੀ ਹਾਂਜੀ ਮੈਂ ਖਰੇ ਇਹਨਾਂ ਨੇ ਆਪਣੇ ਵਿਚਾਰ ਦਿੱਤੇ ਨੇ ਪਹਿਲਾਂ ਜਿਹੜਾ ਇਹਨਾਂ ਸ਼ਬਦ ਦੇ ਅਰਥ ਮੇਰਾ ਖਿਆਲ ਉਹ ਗਲਤ ਕੀਤੇ ਨੇ ਜੀ ਕਿਉਂਕਿ ਮੇਨ ਇਹਦਾ ਕੀ ਹੈ ਜੇ ਜੋ ਸਭ ਮੈਂ ਇੱਕ ਖੁਦਾ ਕਹਿ ਤੋ ਸਭ ਮੈਂ ਖੁਦਾ ਦੇ ਨਾਲ ਰੱਬ ਦੇ ਨਾਲ ਜੇ ਸਭ ਮੈਂ ਖੁਦਾ ਕਹਿ ਤੋ ਕਿਉਂ ਮੁਰਗੀ ਮਾਰੇ ਜੀ ਇੱਥੇ ਇਹ ਨਹੀਂ ਹੈ ਕਿ ਅਸੀਂ ਭੇਟ ਕਰਦੇ ਉਹ ਸੈਕਿੰਡ ਚੀਜ਼ ਹੈ ਉਹ ਤੋਂ ਬਾਅਦ ਚਲੋ ਇਹ ਅਰਥ ਕੁਛ ਵੀ ਕਰਦੇ ਨੇ ਸਭ ਮੈਂ ਜੋਤ ਜੋਤ ਹੈ ਸੋਏ ਜਿਸ ਦੇ ਚਾਨਣ ਸਭ ਮੈਂ ਚਾਨਣ ਹਰ ਚੀਜ਼ ਦੇ ਵਿੱਚ ਉਸ ਪਰਮਾਤਮਾ ਦੀ ਜੋਤ ਹੈ ਜਦ ਤਾਈਂ ਉਹ ਪਰਮਾਤਮਾ ਦੀ ਜੋਤ ਨਹੀਂ ਉਹ ਤੋਂ ਬਾਅਦ ਇਹ ਇੱਕ ਮਾਸਤਾ ਲੋਥੜਾ ਮੈਂ ਉਹ ਤੋਂ ਬਾਅਦ ਅੱਗੇ ਇੱਕ ਸਲੋਕ ਕਬੀਰ ਜੀ 1374 ਦੇ ਉੱਤੇ ਕਬੀਰ ਜੋਰੀ ਕੀਏ ਸੋ ਜ਼ੁਲਮ ਹੈ ਅਸੀਂ ਬੱਕੜਾ ਸਾਡੇ ਕੋਲ ਚੱਲ ਕੇ ਤਾਂ ਨਹੀਂ ਆਉਂਦਾ ਠੀਕ ਹੈ ਜਾਂ ਕੋਈ ਗਾਂ ਅੱਜ ਉਹ ਇੱਥੇ ਕਰਦੇ ਉਹ ਤੁਰ ਕੇ ਤਾਂ ਨਹੀਂ ਆਉਂਦੀ ਲੈ ਮੈਨੂੰ ਕੱਟ ਲੈ ਕਬੀਰ ਜੋਰੀ ਕੀ ਹੈ ਜ਼ੁਲਮ ਹੈ ਕਹਿਤਾ ਨਾਮ ਹਲਾਲ ਦਫ਼ਤਰ ਲੇਖਾ ਮੰਗਿਆ ਜਬ ਹੋਏਗੋ ਕੌਣ ਹਵਾਲ ਠੀਕ ਹੈ ਫਿਰ ਅੱਗੇ ਸ਼ਲੋਕ ਕਬੀਰ ਜੀ ਇਹਦੇ ਜੋਰੀ ਔਰ ਜ਼ੁਲਮ ਜ਼ੋਰ ਕਰਨਾ ਜ਼ੁਲਮ ਉਹਨੂੰ ਕਿਹਾ ਕਿ ਸਾਨੂੰ ਇਜਾਜ਼ਤ ਹੈ ਜ਼ੁਲਮ ਕਰਨ ਦੀ 1375 ਦੇ ਸ਼ਲੋਕ ਕਬੀਰ ਕਬੀਰ ਜੀ ਜੂ ਮਾਰਿਓ ਜ਼ੋਰ ਕਰ ਕਹਿਤੇ ਜੂ ਹਲਾਲ ਦਫ਼ਤਰ ਦਈ ਜਵਾਬ ਕੱਢ ਹੋਏਗੋ ਕੌਣ ਹਵਾਲ ਕਬੀਰ ਜ਼ੋਰ ਕੀਆ ਸੋ ਜ਼ੁਲਮ ਹੈ ਲੇ ਜਵਾਬ ਖੁਦਾਏ ਦਫ਼ਤਰ ਲੇਖਾ ਨੀਕਸੇ ਮਾਰ ਮੂੰਹੇ ਮੁਖਾਏ ਕਬੀਰ ਦੇ ਸ਼ਲੋਕ ਫਿਰ ਅੱਗੇ ਕਬੀਰ ਦੇ ਸ਼ਲੋਕ 1377 ਦੇ ਕਬੀਰ ਇਹਨਾਂ ਨੇ ਭਾਈ ਸਾਹਿਬ ਨੇ ਕਿਹਾ ਸੀ ਕਬੀਰ ਭਾਂਗ ਮਾਛਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਏ ਤੀਰਥ ਵਰਤ ਨੇਮ ਕੀਏ ਸਭੇ ਰਸਾਤਲ ਸੋ ਇਹ ਬਾਣੀ 'ਚੋਂ ਜਿਹੜੀਆਂ ਅਸੀਂ ਤੁਕਾਂ ਬਿਲਕੁਲ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈਗੀਆਂ ਨੇ ਸਵਾਲ ਇਹ ਖੜਾ ਹੁੰਦਾ ਕਿ ਗੁਰੂ ਸਾਹਿਬ ਨੇ ਹੀ ਬਾਣੀ ਸਾਨੂੰ ਦਿੱਤੀ ਅਸੀਂ ਇਤਿਹਾਸ ਤੋਂ ਪੜ੍ਹਦੇ ਕਿ ਗੁਰੂ ਸਾਹਿਬ ਆਪ ਜਾ ਕੇ ਸ਼ਿਕਾਰ ਕਰਿਆ ਕਰਦੇ ਸਨ ਸੋ ਜਿਹੜਾ ਇਹ ਸ਼ਿਕਾਰ ਕਰਨ ਜਾਂਦੇ ਸੀ ਫਿਰ ਉਹ ਕੀ ਇਹ ਕੀ ਕੋਨਸੈਪਟ ਹੋਇਆ ਕੁਝ ਸਮਝ ਨਹੀਂ ਆਈ ਇਹਦੇ ਬਾਰੇ ਸ਼ਿਕਾਰ ਦਾ ਕੋਨਸੈਪਟ ਗੁਰਬਾਣੀ ਦੇ ਵਿੱਚ ਕਿਤੇ ਨਜ਼ਰ ਨਹੀਂ ਆਇਆ ਜੀ ਹਾਂ ਤੁਹਾਡੇ ਮੇਰੇ ਵਰਗਿਆਂ ਨੇ ਜਾਂ ਹੋਰ ਇਤਿਹਾਸਕਾਰ ਨੇ ਸੱਚ ਹੈ ਜਾਂ ਨਹੀਂ ਹੈ ਮੇਰੇ ਕੋਲ ਕੋਈ ਇਹਦੀ ਕੋਈ ਸਬੱਟੀ ਨਹੀਂ ਹੈ ਠੀਕ ਹੈ ਉਹ ਬਣਾਉਣ ਵਾਲਿਆਂ ਲੇਕਿਨ ਗੁਰੂਆਂ ਦੇ ਟਾਈਮ ਤੇ ਵੀ ਗੁਰੂਆਂ ਦੇ ਲੰਗਰ ਦੇ ਵਿੱਚ ਕਦੀ ਮੀਟ ਨਹੀਂ ਬਣਿਆ ਔਰ ਕਿਸੇ ਪੁਸਤਕਾਲੇ ਨੇ ਨਹੀਂ ਲਿਖਿਆ ਨਹੀਂ ਲਿਖਿਆ ਜੀ ਇਹ ਇਹਦੇ ਵਿੱਚ ਪ੍ਰੂਫ ਨੇ ਦੇਖੋ ਜੀ ਤੁਸੀਂ ਲਿਖ ਲਓ ਮੈਂ ਇੱਕ ਪੁਸਤਕ ਅਸੀਂ ਨਹੀਂ ਲਿਖਦੇ ਇਹ ਜਿਹੜੇ ਗੁਰਮਤ ਮਾਰਤਨ ਭਾਈ ਕਾਨ ਸਿੰਘ ਨਾਭਾ ਦੇ ਲਿਖੇ ਹੋਏ ਨੇ ਦੋ ਭਾਗ ਇੱਕ ਮਿੰਟ ਇਹ ਬੰਦਿਆਂ ਦੀਆਂ ਪੁਸਤਕਾਂ ਲਿਖੀਆਂ ਖਾਲਸਾ ਪੰਥ ਇਹਨੂੰ ਰਣਜੀਤ ਸਿੰਘ ਜੀ ਛਾਪਦਾ ਔਰ ਇਹ ਅੱਜ ਤੋਂ ਨਹੀਂ ਛਪ ਰਿਹਾ ਜੀ ਇਹ ਮਤਲਬ ਬਹੁਤ ਚਿਰਾਂ ਤੋਂ ਛਪਦਾ ਆ ਸਿੰਘ ਸਭਾ ਲਹਿਰ ਤੋਂ ਪਹਿਲਾਂ ਇਹਦੇ ਵਿੱਚ ਅੰਕਿਤ ਹੈਗਾ ਇਹਦੇ ਵਿੱਚ ਅੰਕਿਤ ਨੇ ਕਿ ਗੁਰੂ ਸਾਹਿਬਾਨ ਦੇ ਟਾਈਮ ਵਿੱਚ ਮੈਂ ਨਿਸ਼ਾਨੀਆਂ ਲਾਈਆਂ ਕਿਉਂਕਿ ਟਾਈਮ ਕਰਕੇ ਹੁਣ ਆਪਾਂ ਇਹਦੇ ਬਾਰੇ ਅਸੀਂ ਹੋਰ ਤੁਹਾਡੇ ਨਾਲ ਗੱਲਬਾਤ ਕਰਨੇ ਜੀ ਛੋਟੀ ਜਿਹੀ ਬ੍ਰੇਕ ਲੈ ਲਈਏ ਵਾਪਸ ਆਨੇ ਆ ਛੋਟੀ ਜਿਹੀ ਬ੍ਰੇਕ ਜੀ ਵਾਪਸ ਆਵਾਂਗੇ ਸਾਂਝ ਪਾਵਾਂਗੇ ਮੁੜ ਤੋਂ ਤੁਹਾਡੇ ਨਾਲ ਕਿ ਕੀ ਮਾਸ ਖਾਣ ਦੀ ਪ੍ਰਵਾਨਗੀ ਹੈ ਸਿੱਖੀਜ਼ਮ ਵਿੱਚ ਕਿ ਨਹੀਂ ਹੈ ਪਿਛਲੇ 20 ਸਾਲਾਂ ਤੋਂ ਇਮੀਗ੍ਰੇਸ਼ਨ ਲਾਅ ਦੀ ਪ੍ਰੈਕਟਿਸ ਕਰ ਰਹੇ ਮਾਕ ਐਂਡ ਕੰਪਨੀ ਲਾਅ ਕਾਰਪੋਰੇਸ਼ਨ ਤੁਹਾਨੂੰ ਹਰ ਇੱਕ ਕਿਸਮ ਦੀ ਸੇਵਾਵਾਂ ਪ੍ਰਦਾਨ ਕਰਦੇ ਹਨ ਇਹ ਲਾਅ ਸੋਸਾਇਟੀ ਆਫ BC ਦੇ ਮੈਂਬਰ ਵੀ ਹਨ ਜਿਸ ਕਾਰਨ ਤੁਹਾਡੇ ਨਾਲ ਧੋਖਾ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਮੈਂ ਇਸਨੇ ਦੇ ਹੂੰ ਮੈਂ ਪੰਜਾਬੀ ਹਿੰਦੀ ਬੋਲਦੀ ਹਾਂ ਆਪਣੇ ਰਿਸ਼ਤੇਦਾਰਾਂ ਨੂੰ ਯਕੀਨਨ ਤੌਰ ਤੇ ਕੈਨੇਡਾ ਬੁਲਾਉਣ ਲਈ ਅੱਜ ਹੀ ਲਿੰਡਾ ਮਾਕ ਨਾਲ ਗੱਲ ਕਰੋ Our commitment to you is our professional services with integrity and dedication ਅੱਜ ਹੀ ਫੋਨ ਕਰੋ 604-588-9800 Kamaima College School of Nursing, BC de registered healthcare assistant training provider han. Inna kol vidyarthiyan nu uch miyar di vidya den layi vachanbadh certified teachers han. Resident care aide, healthcare assistant, long term care aide, home support worker, internationally educated nurse licensure preparation, prenatal classes and other nursing workshops. PCTIA to manyata prapt Kamaima College nu call karo 604-593-5178.
ਕੀ ਤੁਸੀਂ ਐਕਸੀਡੈਂਟ ਦੇ ਕਾਰਨ ਪਰੇਸ਼ਾਨ ਹੋ? ਕਾਲ ਹਾਸ਼ਮੀ ਲਾਅ ਫਰਮ। ਇਹ ਪਰਸਨਲ ਇੰਜਰੀ ਅਤੇ ICPC ਕੇਸਿਸ ਦੇ ਮਾਹਰ ਹਨ। ਡਾਇਨਾਮਿਕ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਲਾਇਰਸ ਦੀ ਟੀਮ ਨੂੰ ਅੱਜ ਹੀ ਫ੍ਰੀ ਕੰਸਲਟੇਸ਼ਨ ਲਈ ਕਾਲ ਕਰੋ 604-599-2900 ਤੇ। ਸਾਨੂੰ ਪਤਾ ਹੈ ਤੁਹਾਡੇ ਉੱਤੇ ਕੀ ਗੁਜ਼ਰ ਰਹੀ ਹੈ, ਅਸੀਂ ਤੁਹਾਡੇ ਨਾਲ ਹਾਂ। ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ। ਆਓ ਮੁੜ ਤੋਂ ਤੁਹਾਡੀ ਸਾਂਝ ਪਾਉਂਦੇ ਹਾਂ ਕਿ ਕੀ ਮਾਸ ਦੀ ਖਾਣ ਦੀ ਪ੍ਰਵਾਨਗੀ ਹੈ ਸਿੱਖਿਜ਼ਮ ਵਿੱਚ ਕਿ ਨਹੀਂ ਹੈ। ਜੀ ਭਾਈ ਸਾਹਿਬ, ਬ੍ਰੇਕ ਤੋਂ ਪਹਿਲਾਂ ਤੁਸੀਂ ਗੁਰਮਤ ਮਾਰਟਨ ਦਾ ਜ਼ਿਕਰ ਕੀਤਾ ਸੀ ਕਿ ਪਹਿਲਾਂ ਗੁਰੂ ਸਾਹਿਬ ਦੇ ਟਾਈਮ ਵਿੱਚ ਜਾਂ ਸ਼ਿਕਾਰ ਦੀ ਗੱਲ ਜਾਂ ਮਾਸ ਖਾਣ ਦੀ ਕਿਤੇ ਜ਼ਿਕਰ ਨਹੀਂ ਮਿਲਦਾ। ਇਹਦੇ ਵਿੱਚ ਭਾਈ ਕਾਨ ਸਿੰਘ ਨਾਭਾ ਹੋਣਾ ਨੇ ਵੱਖਰੇ ਵੱਖਰੇ ਜਿੱਦਾਂ ਗ੍ਰੰਥਾਂ ਦੇ ਕੋਡ ਕੀਤੇ ਆ, ਭਾਈ ਗੁਰਦਾਸ ਦੀਆਂ ਵਾਰਾਂ ਵਿੱਚੋਂ ਕੋਡ ਕੀਤਾ ਆ, ਮਾਸ ਪਵਿੱਤਰ ਗ੍ਰਿਸਤ ਨੂੰ ਲਿਖਿਆ ਸਪਸ਼ਟ ਉਹਦੇ ਵਿੱਚ, ਉਹ ਸਾਰੀਆਂ ਗੱਲਾਂ ਹੈਗੀਆਂ। ਪਰ ਇਹਨਾਂ ਨੂੰ ਸਾਨੂੰ ਸਿੱਖਾਂ ਨੂੰ ਪੜ੍ਹਨਾ ਚਾਹੀਦਾ ਤਾਂ ਕਿ ਸਾਡਾ ਜਿਹੜਾ ਭਰਮ ਭੁਲੇਖਾ ਉਹ ਦੂਰ ਹੋ ਸਕੇ। ਓਕੇ, ਸੋ ਇਹ ਜੋ ਕੁਛ ਗੁਰਮਤ ਮਾਰਟਨ 'ਚ ਲਿਖਿਆ ਗਿਆ ਜੀ, ਇਹਦੇ ਬਾਰੇ ਤੁਸੀਂ ਕੀ ਸਮਝਦੇ? ਕਿਉਂਕਿ ਕਾਨ ਸਿੰਘ ਨਾਭਾ ਵੀ ਇੱਕ ਬੜੀ ਵੱਡੀ ਅਥਾਰਟੀ ਅਸੀਂ ਸਿੱਖਿਜ਼ਮ ਵਿੱਚ ਮੰਨਦੇ ਹੈਗੇ ਹਾਂ, ਰਣਜੀਤ ਸਿੰਘ ਜੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਜੀ, ਮੈਂ ਇਹ ਪੜ੍ਹਿਆ ਨਹੀਂ। ਦੂਸਰੀ ਗੱਲ, ਮੇਰਾ ਰਿਸਰਚ ਦਾ ਏਮ ਹੀ ਸਿਰਫ ਗੁਰੂ ਗ੍ਰੰਥ ਸਾਹਿਬ ਹੈ। ਠੀਕ ਹੈ, ਮੈਂ ਗੁਰੂ ਗ੍ਰੰਥ ਸਾਹਿਬ ਤੋਂ ਕੋਈ ਮੈਨੂੰ ਗੱਲ ਪੁੱਛਣੀ ਹੁੰਦੀ ਆ, ਮੇਰੇ ਕੋਲ ਦੋ ਤਿੰਨ ਕਿਤਾਬਾਂ ਪਈਆਂ, ਮੈਂ ਆਪ ਉਹਦੇ 'ਚ ਨੋਟ ਕਰਕੇ ਲਿਖ ਦਿੰਦਾ ਨਾ, ਆਪ ਇਸੇ ਕਰਕੇ ਮੈਂ ਨੋਟ ਕੀਤਾ। ਸਿੱਖ ਰਹਿਤ ਮਰਿਆਦਾ ਹੈ ਉਹਦੇ ਵਿੱਚ ਵੀ, ਉਹਨੂੰ ਤਾਂ ਅਸੀਂ ਮੰਨਦੇ ਹਾਂ ਸਿੱਖ ਰਹਿਤ ਮਰਿਆਦਾ ਜਿਹੜੀ ਬਣਾਈ ਗਈ ਉਹਦੇ ਵਿੱਚ ਵੀ ਇਹ ਲਿਖਿਆ ਗਿਆ ਕਿ ਇੱਕ ਸਿੱਖ ਜਿਹੜਾ ਮੀਟ ਖਾ ਸਕਦਾ ਹੈ ਪਰ ਉਹ ਹਲਾਲ ਨਹੀਂ ਹੋਣਾ ਚਾਹੀਦਾ, ਇਹ ਜ਼ਿਕਰ ਮੈਂ ਤੁਹਾਨੂੰ ਦੱਸਣ ਜੇ ਉਸਦੀ ਗੱਲ ਕਰੀਏ, ਇਹ ਵੈਸੇ ਇਹ ਸਾਡੀ ਆਪਣੀ ਬਣਾਈ ਹੋਈ ਹੈ, ਪੰਥ ਨੇ ਬਣਾਈ ਹੈ, ਇਹ ਗੁਰੂ ਗ੍ਰੰਥ ਸਾਹਿਬ ਜਾਂ ਗੁਰੂਆਂ ਨੇ ਰਹਿਤ ਮਰਿਆਦਾ ਨੇ ਬਣਾਈ। ਦੂਜੀ ਵੱਡੀ ਗੱਲ, ਅਸੀਂ ਇਹਨੂੰ ਕਿੰਨਾ ਕੁ ਮੰਨਦੇ ਹਾਂ, ਇਹਦੇ 'ਚ ਨਿਤਨੇ ਬਾਣੀਆਂ ਅਸੀਂ ਪੰਜ ਮੰਨਦੇ, ਇਹ ਵੀ ਸ਼ਾਇਦ ਮੰਨਦੇ ਹੋਣੇ ਆ, ਔਰ ਪੰਥ ਵੀ ਮੰਨਦਾ, ਲੇਕਿਨ ਇਹਦੇ 'ਚ ਨਿਤਨੇਮ ਦੀਆਂ ਬਾਣੀਆਂ, ਤਿੰਨ ਸਵੇਰ ਦੀਆਂ ਅਤੇ ਦੋ ਸ਼ਾਮ ਦੀਆਂ ਰਹਿਰਾਸ ਔਰ ਕੀਰਤਨ ਸੋਹਲੇ ਦੀ ਗੱਲ ਕੀਤੀ ਗਈ ਆ, ਔਰ ਆਨੰਦ ਸਾਹਿਬ ਦੀ ਇਹਦੇ 'ਚ ਬਾਣੀ ਨਹੀਂ ਪਾਈ ਹੈ, ਨਿਤਨੇਮ ਦੀ ਬਾਣੀ ਦੇ ਵਿੱਚ। ਇੱਕ ਮਿੰਟ, ਤੁਸੀਂ ਆਪਣੇ ਟਾਈਮ 'ਤੇ ਕਹਿ ਲਿਓ। ਮੇਰਾ ਜਿਸ ਤਰ੍ਹਾਂ ਮੈਂ ਦੱਸਿਆ ਜੀ, ਮੈਂ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਆਧਾਰ 'ਤੇ ਗੱਲ ਕਰਾਂ। ਇਹਦੇ 'ਚ ਮਾਸ ਖਾਣ ਦੀ ਕਿਹੜੇ ਮਾਸ ਖਾਣ ਦੀ ਇਜਾਜ਼ਤ, ਇਹਦੇ 'ਚ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਇੱਕ ਵੀ ਲਫ਼ਜ਼ ਨਹੀਂ ਬੋਲਿਆ ਹੈ ਜੀ। ਉਹਦੇ ਵਿੱਚ ਵੀ ਦੇਖੋ, ਜਿਹੜਾ ਪਹਿਲਾਂ ਸੀ ਮਾਸ ਮੂਰਖ ਝਗੜੇ ਦੀ ਗੱਲ ਸੀ, ਉਹਦੇ ਵਿੱਚ ਵੀ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ, ਸਾਰੇ ਅਸੀਂ ਮਾਸ ਦੇ ਬਣੇ ਹੋਏ, ਧੀਆਂ ਪੁੱਤ ਵੀ ਸਾਡੇ ਮਾਸ ਦੇ ਨੇ, ਮਾਂ ਵੀ ਸਾਡੀ ਮਾਸ ਦੀ, ਜਿੱਥੋਂ ਨਿਕਲਿਆ ਵੀ ਮਾਸ, ਫਿਰ ਉਹਨੂੰ ਕਿਉਂ ਨਹੀਂ ਖਾਂਦੇ ਜੇ ਮਾਸ ਖਾਣਾ? ਬਹੁਤ ਵਧੀਆ ਸਵਾਲ ਹੈ, ਬਾਹਰ ਬਹੁਤ ਵਧੀਆ ਸਵਾਲ ਹੈ ਇਹਨਾਂ ਦਾ, ਪਰ ਮੇਰਾ ਆਨਸਰ ਕਰ ਲਿਓ, ਇੱਕ ਮਿੰਟ ਮੈਨੂੰ ਕਹਿ ਲੈਣ ਦਿਓ, ਕਰ ਲਿਓ ਅਰਥ। ਬਾਹਰ ਕਾ ਮਾਸ ਮੰਦਾ ਸਵਾਮੀ, ਘਰ ਕਾ ਮਾਸ ਚੰਗੇਰਾ, ਧੀਆਂ ਪੁੱਤਾਂ ਮਾਸ ਚੰਗਾ, ਉਹ ਨਹੀਂ ਉਹ ਮਾਸ ਹੈ, ਉਹਨੂੰ ਮਾਰ ਦਿੰਦੇ ਆ, ਉਹਦਾ ਵੀ ਬੱਚਾ, ਉਹਦੇ 'ਚ ਵੀ ਰੱਬ ਦੀ ਉਹ ਜਾਣ ਹੈ, ਤੁਹਾਡੇ ਜ਼ਿਆਦਾ ਜਾਣ ਹੈ, ਫਿਰ ਆਪਣੇ ਨਿਆਣਿਆਂ ਧੀਆਂ ਪੁੱਤਾਂ ਮਾਂ ਨੂੰ ਸਾਰੇ ਵੱਢ ਕੇ ਖਾਈ ਜਾਓ, ਮਾਸ ਹੀ ਕੀਤਾ ਇਹਦੇ ਵਿੱਚ। ਬਿਲਕੁਲ, ਤੁਸੀਂ ਪੁਆਇੰਟ ਜਿਹੜਾ ਰੇਜ਼ ਕੀਤਾ ਕਿ ਅਫਸੋਸ ਕਿ ਅੱਜ ਅਸੀਂ ਕੁੜੀ ਮਾਰ ਜਿਹੜਾ FET ਸਾਈਡ ਹੋ ਰਿਹਾ, ਬੜੀ ਇੱਕ ਮੰਦਭਾਗੀ ਗੱਲ ਹੈ ਕਿ ਸਿੱਖਾਂ 'ਚ ਬਹੁਤ ਜ਼ਿਆਦਾ ਪ੍ਰਚਲਿਤ, ਇਹਦਾ ਕੀ? ਇਹਨਾਂ ਦੇ ਮੈਂ ਇਹੀ ਕਹਿਣਾ ਚਾਹਾਂਗਾ, ਜਿਹੜਾ ਕਹਿੰਦੇ ਵੀ ਆਪਣੇ ਨਿਆਣੇ ਮਾਰ ਕੇ ਖਾ ਲਓ ਜਾਂ ਖਾ ਲਓ, ਦੇਖੋ ਜਿਹੜਾ ਸਾਡਾ ਕਨਸੈਪਟ ਆ ਉਹ ਇਹ ਹੈ, ਗੁਰਬਾਣੀ ਸਾਨੂੰ ਇਹ ਕਹਿੰਦੀ ਆ, ਕਿਸੇ ਹੋਰ ਜਾਨਵਰ ਦੇ ਪਸ਼ੂ ਪੰਛ ਦੇ ਸਰੀਰ ਨੂੰ ਹਰਿਮੰਦਰ ਨਹੀਂ ਆਖਿਆ ਗਿਆ। ਅੱਛਾ ਜੀ, ਹਰਿਮੰਦਰ ਸਾਡਾ ਹੀ ਸਰੀਰ ਆ ਮਨੁੱਖਾ ਜਨਮ ਦੇ ਵਿੱਚ, ਇਹਦੇ ਵਿੱਚ ਸੰਭਾਵਨਾ ਆ ਕਿ ਅਸੀਂ ਇਸ ਸਰੀਰ ਵਿੱਚ ਹੁੰਦੇ ਹੋਏ ਉਹਦੇ ਨਾਲ ਇੱਕ ਜੋਤ ਹੋਣਾ, ਪਰ ਸਮੇਂ ਜੋਤ ਹੈ, ਸੋਏ ਜਿਹੜਾ ਹੈ ਉਹ ਪਰਮਾਤਮਾ ਦੀ ਸਤਾ ਹੈ, ਸ਼ਕਤੀ ਆ ਉਹਦੀ। ਜੋਤ ਜਿਹੜਾ ਤਿੰਨ ਤਰ੍ਹਾਂ ਨਾਲ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ, ਇੱਕ ਸ਼ਕਤੀ ਆ ਜਿਹੜੀ ਕਿ ਸਾਰਿਆਂ 'ਚ ਵਰਤ ਰਹੀ ਆ, ਇੱਕ ਜਿਹੜੀ ਚਾਨਣ ਜਿਹੜੀ ਲਾਈਟ ਆ, ਇੱਕ ਪ੍ਰਕਾਸ਼ ਜਿਹੜਾ ਗਿਆਨ ਦਾ। ਸੋ ਇਸ ਕਰਕੇ ਜਿਹੜਾ ਹਰਿਮੰਦਰ ਆ, ਇਹ ਸਰੀਰ ਆ, ਇਹਨੂੰ ਨਹੀਂ ਢਾਇਆ ਜਾ ਸਕਦਾ। ਬਾਕੀ ਜਿਹੜੇ ਸਰੀਰ ਨੇ ਉਹਨਾਂ 'ਚ ਜੋਤਾਂ ਬੇਸ਼ੱਕ ਨੇ, ਉਹਨੂੰ ਜਿਹੜਾ ਮਾਰਨ ਨਾਲ ਜਿਹੜੀ ਜੀਵ ਹੱਤਿਆ ਦਾ ਕਨਸੈਪਟ ਹੈ ਨਾ, ਜੀਵ ਹੱਤਿਆ ਦਾ ਜਿਹੜਾ ਸਾਡੇ ਸਿੱਖਿਜ਼ਮ 'ਚ ਕੋਈ ਕਨਸੈਪਟ ਨਹੀਂ। ਗੁਰੂ ਸਾਹਿਬ ਕਹਿੰਦੇ ਵੀ ਇਹ ਜੀਵ ਮਰੇ ਨਾ ਮਾਰਿਆ ਜਾਏ, ਮਰਨ ਹਾਰ ਇਹ ਜੀਅਰਾ ਨਹੀਂ। ਠੀਕ ਹੈ, ਜੀਵ ਹੱਤਿਆ ਦੇ ਸੰਕਲਪ ਨਾਲ ਜਿਹੜਾ ਮਾਸ ਛੱਡਣਾ, ਉਹ ਤਾਂ ਇੱਕ ਬਹੁਤ ਵੱਡਾ ਭਰਮ ਭੁਲੇਖਾ ਆ। ਬਹੁਤ ਖੂਬ, ਹਾਂਜੀ ਰਣਜੀਤ ਸਿੰਘ ਜੀ, ਇੱਕ ਗੱਲ ਜਿਹੜੀ ਸਪਸ਼ਟ ਤੌਰ 'ਤੇ ਆ ਰਹੀ ਹੈ ਕਿ ਜੇਕਰ ਗੁਰੂ ਗ੍ਰੰਥ, ਜੇਕਰ ਨਹੀਂ ਬਲਕਿ ਲਿਖਿਆ ਗਿਆ ਹੈ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਵਿੱਚ, ਸਾਡੇ ਤੋਂ ਪਹਿਲਾਂ ਵੀ ਬਹੁਤ ਸਾਰੇ ਗਿਆਨੀ ਵਿਗਿਆਨੀ ਆਪਣੇ ਕੌਮ ਵਿੱਚ ਹੋਏ, ਤੁਸੀਂ ਕਿਉਂ ਫਿਰ ਸਮਝਦੇ ਹੋ ਕਿ ਇਹ ਚੀਜ਼ ਨੂੰ ਕਿਉਂ ਨਹੀਂ ਪ੍ਰਮੋਟ ਕੀਤਾ ਗਿਆ? ਅਤੇ ਈਵਨ ਰਹਿਤ ਮਰਿਆਦਾ ਦੇ ਵਿੱਚ ਵੀ ਅਸੀਂ ਜਿਹੜੇ ਆਪਣੇ ਆਪ ਨੂੰ ਧਰਮੀ ਅਖਵਾਨੇ ਜਾਂ ਸਾਡੇ ਜਿਹੜੇ ਪੁਰਾਣੇ ਪੁਰਾਤਨ ਸਿੱਖ ਹੈਗੇ ਸੀ, ਉਹਨਾਂ ਨੇ ਵੀ ਇਸ ਵਿਸ਼ੇ ਦੇ ਉੱਤੇ ਧਿਆਨ ਨਹੀਂ ਦਿੱਤਾ ਅਤੇ ਝਟਕੇ ਦਾ ਮੀਟ ਅਲਾਓ ਕਰ ਦਿੱਤਾ। ਦੇਖੋ, ਇਸੇ ਕਰਕੇ ਜੇ ਤੁਸੀਂ ਰਹਿਤ ਮਰਿਆਦਾ ਕਰੋ, ਇਹਦੇ 'ਤੇ ਮੇਰਾ ਖਿਆਲ ਹੈ 19-20 ਸਾਲ ਲੱਗੇ ਇਹਨੂੰ ਬਣਾਉਣ ਨੂੰ। ਉਹ ਤੋਂ ਇਲਾਵਾ ਪਹਿਲਾਂ ਕੀ ਹੋਇਆ, ਉਹ ਤੋਂ ਪਿੱਛੋਂ ਕੀ ਹੋਇਆ, ਲੇਕਿਨ ਇਹ ਸਿਰਫ ਇੰਨਾ ਹੀ ਝਟਕੇ ਦਾ ਕਿਉਂ ਕੀਤਾ, ਆਮ ਕਿਉਂ ਨਹੀਂ ਕਰ ਦਿੱਤਾ, ਇਹਦੇ ਪਿੱਛੇ ਵੀ ਕੋਈ ਵੱਡੀ ਇੱਕ ਕਹਾਣੀ ਹੋ ਸਕਦੀ ਹੈ। ਉਹ ਉਹਦੇ ਇਲਾਵਾ ਵੀ ਜਿਸ ਤਰ੍ਹਾਂ ਇਹਨਾਂ ਨੇ ਕਿਹਾ, ਹੁਣ ਜਿਸਲੇ ਮੀਟ ਖਾਣਾ, ਜੇ ਮੀਟ ਹੀ ਖਾਣਾ ਆ, ਹੁਣ ਜੋਰੀ ਕੀ ਉਹ ਜ਼ੁਲਮ ਹੈ ਜੀ, ਤਾਂ ਉਹ ਜਿਸਲੇ ਤੁਸੀਂ ਦੂਜੇ ਨੂੰ ਫੜ ਕੇ, ਕਿਉਂਕਿ ਉਹ ਤੁਹਾਡੇ ਤੋਂ ਨਿਮਾਣਾ ਆ, ਇੱਦਾਂ ਤੁਹਾਡਾ ਜਿਹੜਾ ਮਾੜਾ ਬੰਦਾ ਹੈ ਉਹਨੂੰ ਵੱਢ ਕੇ ਖਾ ਲਓ, ਠੀਕ ਹੈ, ਜਿਹੜਾ ਤੁਹਾਡੇ ਤੋਂ
ਇਹਨਾਂ ਨੇ ਕਿਹਾ ਵੀ ਜਾਨਵਰਾਂ ਦੇ ਵਿੱਚ ਮੇਰਾ ਖਿਆਲ ਆ ਇਹਨਾਂ ਦੀ ਮੈਂ ਕਿਤਾਬ ਦੇ ਵਿੱਚੋਂ ਜਨਮ ਸਾਫੀ ਹੀ ਭਾਈ ਬਾਲਾ ਜੀ ਉਹਦੇ ਵਿੱਚ ਇੱਕ ਕਾਗ ਭਸੁੰਡ ਦੀ ਕਹਾਣੀ ਆ। ਉਹ ਕਾਗ ਭਸੁੰਡ ਨੂੰ ਗੁਰੂ ਨਾਨਕ ਸਾਹਿਬ ਮਿਲੇ ਉਹਨੂੰ ਉਹ ਬੜਾ ਗਿਆਨੀ ਸੀ ਉਹ ਕਿਤੇ ਤਪੱਸਿਆ ਇਹ ਕਹਾਣੀ ਉਹਦੇ 'ਚ ਕੋਈ ਵੀ ਸੱਜਣ ਪੜ੍ਹ ਸਕਦਾ ਹੈ ਇਹਦੇ 'ਚ ਜਨਮ ਸਾਖੀ ਭਾਈ ਬਾਲਾ ਜੀ ਦੇ ਵਿੱਚ ਲਿਖੀ ਹੋਈ ਆ ਔਰ ਮੈਂ ਖੁਦ ਪੜ੍ਹੀ ਹੈ ਕਿਉਂਕਿ ਮੇਰੇ ਕੋਲ ਉਹ ਜਨਮ ਸਾਖੀ ਹੈ। ਉਹਦੇ 'ਚ ਉਹ ਗੁਰੂ ਨਾਨਕ ਸਾਹਿਬ ਪੁੱਛਦੇ ਨੇ ਵੀ ਤੂੰ ਇੰਨਾ ਗਿਆਨੀ ਗੁਣੀ ਹੈ ਤੂੰ ਕਾਗ ਦੀ ਜੂਨ ਕਾਂ ਦੀ ਜੂਨ ਦੇ ਵਿੱਚ ਕਿਉਂ ਪਿਆ? ਉੱਥੇ ਉਹਦਾ ਜਵਾਬ ਹੈ, ਮੈਂ ਬੜਾ ਹੈਰਾਨ ਹੋਇਆ। ਉਹ ਕਹਿੰਦਾ ਕਿਉਂਕਿ ਮੈਨੂੰ ਪਰਮਾਤਮਾ ਦੇ ਨਾਲ ਮੇਰਾ ਮੇਲ ਹੀ ਇਸ ਜੂਨ ਦੇ ਵਿੱਚ ਹੋਇਆ। ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਉਹ ਸਾਖੀਆਂ ਤੇ ਹੋਰ? ਅਖੀਰ ਵਿੱਚ ਮੈਂ ਚਾਹਾਂਗਾ ਕਿ ਇਹ ਜਿਹੜੀ ਅਸੀਂ ਡਿਸਕਸ਼ਨ ਕੀਤੀ ਇਹ ਤੋਂ, ਕਿਉਂਕਿ ਇਹ ਬੜਾ ਵੱਡਾ ਮਸਲਾ ਹੈ, ਤੁਸੀਂ ਕੀ ਕਹਿੰਦੇ ਹੋ ਕਿ ਫਰੀਡਮ ਆਫ ਚੋਇਸ ਹੋਣੀ ਚਾਹੀਦੀ ਹੈ ਜਿਹੜਾ ਖਾਣਾ ਚਾਹੇ ਖਾ ਲੈ ਕਿ ਨਹੀਂ? ਗੁਰਬਾਣੀ ਦੇ ਆਧਾਰ ਤੇ ਮੈਂ ਇਹ ਗੱਲ ਕਹਿ ਰਿਹਾ, ਮੈਂ ਵੀ ਇਹ ਕਹਿ ਰਿਹਾ। ਗੁਰੂ ਸਾਹਿਬ ਬੜਾ ਸਪਸ਼ਟ ਕਹਿੰਦੇ ਕਿ ਕਿਆ ਖਾਦੇ ਕਿ ਪਹਿਜਦਾ ਹੋਏ ਜੇ ਮਨ ਨਹੀਂ ਸੱਚਾ ਸੋਏ। ਖਾਣ ਪਹਿਨਣ ਨਾਲ ਜਿਹੜੀ ਸਾਡੀ ਰੀਡਿੰਗ ਆ ਉਹ ਗੁਰੂ ਨੇ ਸਾਡੇ ਹਿਰਦੇ ਦੀ ਸਾਡੇ ਮਨ ਦੀ ਲੈਣੀ ਆ। ਅਸੀਂ ਕੀ ਖਾਂਦੇ ਰਹੇ ਕੀ ਪਹਿਨਦੇ ਰਹੇ ਉਹਦਾ ਕੋਈ ਅਸਰ ਨਹੀਂ। ਉਹਨਾਂ ਦਾ ਜੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੱਥੇ ਆ ਕੇ ਆਪਣੇ ਪਰਸਪੈਕਟਿਵਸ ਰੱਖੇ ਹੈਗੇ ਨੇ। ਰਣਜੀਤ ਸਿੰਘ ਜੀ, ਜਿਸ ਤਰ੍ਹਾਂ ਇਹਨਾਂ ਨੇ ਬ੍ਰੀਫਲੀ ਗੱਲ ਕੀਤੀ, ਅਖੀਰ ਵਿੱਚ ਤੁਸੀਂ ਨੇ ਖਾਣ ਪੀਣ ਦੀ ਨਹੀਂ ਗੱਲ ਕੀਤੀ, ਜੇ ਉਹਦੀ ਫਰੀਡਮ ਹੋਣੀ ਚਾਹੀਦੀ ਫਿਰ ਤਾਂ ਮਾਸ ਸ਼ਰਾਬ ਪੀਣ ਜੋ ਕੁਛ ਜੋ ਕੁਛ ਕਰ ਸਭ ਛੱਡ। ਬਹੁਤ ਬਹੁਤ ਧੰਨਵਾਦ ਇੱਥੇ ਆ ਕੇ ਸਮਝ ਪਾਉਣ ਲਈ। ਧੰਨਵਾਦ। ਥੈਂਕ ਯੂ ਜੀ। ਥੈਂਕ ਯੂ। ਕੀ ਤੁਸੀਂ ਕਰਜ਼ੇ ਦੇ ਬੋਝ ਹੇਠ ਦੱਬੇ ਹੋ? ਸਮਝ ਨਹੀਂ ਆਉਂਦਾ ਕੀ ਕਰੋ? ਫਾਈਨੈਂਸ਼ੀਅਲ ਪ੍ਰੋਬਲਮਸ ਤੁਹਾਡੀ ਫੈਮਿਲੀ ਲਾਈਫ ਦੇ ਉੱਤੇ ਮਾੜਾ ਅਸਰ ਪਾ ਸਕਦੀਆਂ ਹਨ। ਜੇ ਤੁਸੀਂ ਇਸ ਮੁਸ਼ਕਲ 'ਚ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਅਸੀਂ ਤੁਹਾਡੇ ਕਰਜ਼ੇ ਨੂੰ ਵੱਧ ਤੋਂ ਵੱਧ ਕਢਾ ਕੇ ਰਹਿੰਦੀ ਰਕਮ ਨੂੰ ਇੰਟਰਸਟ ਫ੍ਰੀ ਕਿਸ਼ਤਾਂ 'ਚ ਬਦਲ ਸਕਦੇ ਹਾਂ। ਅਸੀਂ ਤੁਹਾਨੂੰ ਕਰਜ਼ੇ ਤੋਂ ਮੁਕਤ ਕਰਾ ਕੇ ਨਵੀਂ ਜ਼ਿੰਦਗੀ ਜੀਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। 1-866-790-8984 Business Solutions, ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ। ਅੱਗ ਪਾਣੀ ਜਾਂ ਚੋਰੀ ਤੋਂ ਹੋਏ ਨੁਕਸਾਨ ਵਿੱਚ ਇੰਸ਼ੋਰੈਂਸ ਕੰਪਨੀ ਤੋਂ ਵਧੀਆ ਰਾਹਤ ਲਈ ਗੋਲਡਨ ਸ਼ੀਲਡ ਐਡਜਸਟਰਸ ਨੂੰ ਯਾਦ ਰੱਖੋ। ਅਸੀਂ ਇਸ ਤਰ੍ਹਾਂ ਦੇ ਕਈ ਲੋਕਾਂ ਦੀ ਮਦਦ ਕਰ ਚੁੱਕੇ। We have over 40 years of adjusting experience. ਮੁਆਵਜ਼ਾ ਮਿਲਣ ਤੋਂ ਬਾਅਦ ਹੀ ਫੀਸ ਲਈ ਜਾਏਗੀ। ਗੋਲਡਨ ਸ਼ੀਲਡ ਐਡਜਸਟਰਸ। ਇੱਕ ਸਿੱਖ ਨੂੰ ਮਾਸ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ? ਆਪ ਜੀ ਨੇ ਦੋਨੋਂ ਪਰਸਪੈਕਟਿਵ ਸੁਣੇ, ਜਿਸ ਵਿੱਚੋਂ ਕੋਈ ਇੱਕ ਗੱਲ ਤਾਂ ਜ਼ਾਹਰ ਹੁੰਦੀ ਹੈ ਕਿ ਕੀ ਮੀਟ ਖਾਣ ਨਾਲ ਜਾਂ ਨਾ ਖਾਣ ਨਾਲ ਇੱਕ ਵਿਅਕਤੀ ਵਿੱਚੋਂ ਵਿਕਾਰ ਖਤਮ ਹੋ ਰਹੇ ਨੇ, ਜਿਸ ਦੇ ਉੱਤੇ ਗੁਰੂ ਸਾਹਿਬ ਨੇ ਐਮਫਸਾਈਜ਼ ਕੀਤਾ ਕਿ ਸਾਨੂੰ 5 ਵਿਕਾਰਾਂ ਨਾਲ ਜੂਝਣਾ ਹੈ। ਅੱਜ ਜੋ ਸਾਡੇ ਆਲੇ ਦੁਆਲੇ ਹੋ ਰਿਹਾ, ਤਾਂ ਕੀ ਅਸੀਂ ਇਹ ਨਹੀਂ ਵੇਖ ਰਹੇ ਕਿ ਜਿਹੜੇ ਲੋਕ ਮਾਸ ਖਾਂਦੇ ਨੇ ਉਹ ਦਇਆ ਧਰਮ ਦੀ ਜਿਹੜੀ ਗੱਲ ਹੁੰਦੀ ਹੈ ਉਸ ਨੂੰ ਖਤਮ ਕਰ ਚੁੱਕੇ ਨੇ ਆਪਣੇ ਜੀਵਨ ਵਿੱਚੋਂ, ਜਾਂ ਫਿਰ ਜਿਹੜੇ ਨਹੀਂ ਖਾਂਦੇ ਕੀ ਉਹ ਇਸ ਚੀਜ਼ ਨੂੰ ਪ੍ਰਚਾਰ ਰਹੇ ਨੇ? ਸੋ ਸਾਨੂੰ ਅੱਜ ਸਮਾਂ ਮੰਗ ਕਰਦਾ ਹੈ ਕਿ ਇਹ ਚੀਜ਼ਾਂ ਨਾਲ ਕੀ ਸਾਡੀ ਸਪਿਰਚੁਐਲਿਟੀ ਵਿੱਚ ਐਲੀਵੇਸ਼ਨ ਹੋ ਰਹੀ ਹੈ ਕਿ ਨਹੀਂ ਹੋ ਰਹੀ, ਇਸ ਬਾਰੇ ਜ਼ਰੂਰ ਸੋਚੀਏ। ਫੀਡਬੈਕ ਲਈ 604-603-7555 ਜਾਂ ਫਿਰ ਈਮੇਲ ਰਾਹੀਂ harpreet@akaltv.com ਤੇ ਸੰਪਰਕ ਕਰ ਸਕਦੇ ਹੋ। ਤੁਹਾਡਾ ਮੇਰਾ ਸਾਥ ਜੋਏ ਟੀ ਵੀ ਦੇ ਉੱਤੇ ਹਰ ਰੋਜ਼ ਹੁੰਦਾ ਹੈ, ਮੰਡੇ ਟੂ ਫਰਾਈਡੇ ਸਵੇਰੇ 8 ਤੋਂ ਲੈ ਕੇ 9 ਵਜੇ ਤੱਕ, ਮੰਡੇ ਟੂ ਥਰਸਡੇ ਰਾਤ ਨੂੰ 10 ਤੋਂ ਲੈ ਕੇ 11 ਵਜੇ ਤੱਕ, ਅਤੇ ਸੈਟਰਡੇ ਨੂੰ 8 ਤੋਂ ਲੈ ਕੇ 9 ਵਜੇ ਤੱਕ ਸਾਂਝ ਪਾਉਂਦੇ ਹਾਂ। ਅਤੇ ਵਿਜ਼ਨ ਟੀ ਵੀ ਦੇ ਉੱਤੇ ਹਰ ਸ਼ਨੀਚਰਵਾਰ ਨੂੰ ਦੁਪਹਿਰ ਨੂੰ 1:30 ਵਜੇ ਪੈਸੀਫਿਕ ਟਾਈਮ ਦੇ ਉੱਤੇ ਸਾਂਝ ਪਾਈ ਜਾਂਦੀ ਹੈ। ਸੋ ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।